ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਸ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਂਹੇ ਤਿਹਾ ਹਉ ਕਰੀ ਬਖਿਆਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਂਹੇ ਤਿਹਾ ਹਉ ਕਰੀ ਬਖਿਆਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਵਾਇਮਾਨ ਸਤਸੰਗੀ ਪਿਆਰ ਵਾਲਿਓ, ਦਿਓ ਅਸੀਸਾਂ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਿੱਖੀ ਦੇ ਮਹੱਲ ਵਿੱਚ ਬੈਠ ਕੇ ਅੱਜ ਆਪਾਂ ਸੁੱਖ ਮਾਣ ਰਹੇ ਹਾਂ, ਇਸ ਦੀਆਂ ਨੀਹਾਂ ਵਿੱਚ ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਸੀਸ ਲਾਏ ਨੇ, ਅੱਜ ਉਹਨਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ। ਜਿਹੜੇ ਇਸ ਦਰਖਤ ਦੀ ਸ਼ਾਨ ਨੂੰ ਆਪਾਂ ਮਾਣ ਰਹੇ ਹਾਂ, ਉਹਦੀਆਂ ਜੜ੍ਹਾਂ ਵਿੱਚ ਜਿਹੜਾ ਕੋਈ ਬੀਜ ਗਲਿਆ, ਜਿਹੜੀਆਂ ਜੜ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਉਹਨਾਂ ਦਰਖਤ ਦੀਆਂ ਜੜ੍ਹਾਂ ਨੇ ਆਪਣਾ ਆਪ ਲੁਕੋਇਆ ਹੋਇਆ ਉਸ ਮਿੱਟੀ ਦੇ ਵਿੱਚ, ਅੱਜ ਆਪਾਂ ਉਸ ਵਿਰਸੇ ਤੋਂ ਟੁੱਟਦੇ ਜਾ ਰਹੇ ਹਾਂ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਕੁਝ ਗੁਰੂ ਕੇ ਸਿੱਖਾਂ ਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਭਾਵਨਾ ਲੈ ਕੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਇਹ ਕੱਲ ਰੋਜ਼ ਤੋਂ ਸ਼ੁਰੂ ਕੀਤਾ ਹੈ। ਕੱਲ ਭਾਈ ਮਰਦਾਨਾ ਜੀ ਦੇ ਜੀਵਨ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ। ਅੱਜ ਇੱਕ ਬਹੁਤ ਵੱਡਾ ਪਰਿਵਾਰ ਜਿਹਦਾ ਬਹੁਤ ਵੱਡਾ ਸਹਿਯੋਗ ਹੈ ਸਿੱਖੀ ਦੇ ਵਿੱਚ, ਉਹਦੀ ਮੈਂ ਗੱਲ ਸ਼ੁਰੂ ਕਰਨ ਲੱਗਾ। ਬਾਕੀ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਉਸ ਪਰਿਵਾਰ ਦੇ ਨੇੜੇ ਤੇੜੇ ਦੀਆਂ ਆਪਾਂ ਵਿਚਾਰਾਂ ਕਰ ਸਕੀਏ। ਇਸ ਪਰਿਵਾਰ ਦੀ ਆਰੰਭਤਾ ਹੈ, ਇਹਨਾਂ ਦੇ ਸਾਡੇ ਸਾਰਿਆਂ ਤੋਂ ਪੁਰਾਣੇ ਬਜ਼ੁਰਗ ਦਾ ਨਾਂ ਭਾਈ ਰਾਓ ਹੈ। ਭਾਈ ਰਾਓ ਦੇ ਘਰ ਪੈਦਾ ਹੋਇਆ ਭਾਈ ਮੂਲਾ, ਭਾਈ ਮੂਲੇ ਦੇ ਘਰ ਪੈਦਾ ਹੋਇਆ ਭਾਈ ਬੱਲੂ, ਭਾਈ ਬੱਲੂ ਦਾ ਪੁੱਤਰ ਹੈ ਭਾਈ ਮਾਈ ਦਾਸ, ਭਾਈ ਮਾਈ ਦਾਸ ਦਾ ਪੁੱਤਰ ਹੈ ਭਾਈ ਮਨੀ ਸਿੰਘ, ਜਿਹਦੀ ਅੱਜ ਆਪਾਂ ਗੱਲ ਕਰਨੀ ਹੈ। ਇਸ ਭਾਈ ਮਨੀ ਸਿੰਘ ਦੇ ਬਿਲਕੁਲ ਖਾਸ ਨਜ਼ਦੀਕੀ ਪਰਿਵਾਰ ਵਿੱਚੋਂ ਯਾਦ ਰੱਖਣ ਯੋਗ ਬਾਤ ਹੈ, 53 ਸ਼ਹੀਦ ਨੇ ਇਹਦੇ ਆਪਣੇ ਪਰਿਵਾਰ ਵਿੱਚੋਂ, ਜਿਹਦੇ ਵਿੱਚੋਂ ਇਹਦੇ 10 ਪੁੱਤਰ ਨੇ। ਭਾਈ ਮਨੀ ਸਿੰਘ ਦੇ 10 ਪੁੱਤਰ ਨੇ, 10 ਦੇ 10 ਹੀ ਸ਼ਹੀਦ ਨੇ। ਇਸ ਭਾਈ ਮਨੀ ਸਿੰਘ ਦੇ 12 ਭਰਾ ਨੇ, 12 ਭਰਾਵਾਂ ਦੇ ਵਿੱਚੋਂ ਇੱਕ ਨੂੰ ਛੱਡ ਕੇ ਇੱਕ ਨਿਕਲੀ ਉਮਰੇ ਚੜ੍ਹਾਈ ਕਰ ਗਿਆ, 11 ਦੇ 11 ਸ਼ਹੀਦ ਨੇ ਸਿੱਖ ਧਰਮ ਦੇ ਲਈ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸ਼ੁਰੂ ਕਰਾਂ, ਇਹਨਾਂ ਦਾ ਜਨਮ 10 ਮਾਰਚ 1644 ਦੇ ਵਿੱਚ, ਇਤਿਹਾਸ ਨੇ ਆਖਿਆ, ਅਲੀਪੁਰ ਮੁਜ਼ੱਫਰਗੜ੍ਹ ਪਾਕਿਸਤਾਨ ਦੇ ਵਿੱਚ, ਜਿਹੜੀ ਅੱਜ ਧਰਤੀ ਪਾਕਿਸਤਾਨ ਦੇ ਵਿੱਚ ਹੈ, ਉੱਥੇ ਹੋਇਆ।
ਮਾਪਿਆਂ ਬੜੀ ਖੁਸ਼ੀ ਮਨਾਈ, ਘਰ ਦੇ ਵਿੱਚ ਇਹ ਪੁੱਤਰ ਦੀ ਪ੍ਰਕਾਸ਼ ਹੋਇਆ ਤੇ ਮਾਪਿਆਂ ਨੂੰ ਬੜਾ ਆਨੰਦ ਹੈ। ਪਹਿਲਾਂ ਵੀ ਪੁੱਤਰ ਦੀਆਂ ਦਾਤਾਂ ਮਾਲਕ ਨੇ ਬਖਸ਼ੀਆਂ ਨੇ, ਪਰ ਹਰ ਵਾਰੀ ਇੱਕੋ ਹੀ ਮਨ ਵਿੱਚ ਭਾਵਨਾ ਹੈ, ਸਤਿਗੁਰੂ ਇਸ ਬੱਚੇ ਦੀ ਜ਼ਿੰਦਗੀ ਤੂੰ ਆਪਣੇ ਚਰਨਾਂ ਦੇ ਲੇਖੇ ਲਾ ਲਈ। ਆਖਿਰਕਾਰ 1657 ਦੇ ਵਿੱਚ ਪਿਤਾ ਦੀ ਮਾਈ ਦਾਸ ਭਾਈ ਮਨੀ ਨੂੰ, ਉਹਨਾਂ ਦਾ ਨਾਂ ਪਹਿਲਾ ਜਿਹੜਾ ਹੈ ਮੈਂ ਬੇਨਤੀ ਕਰਦੇ ਹਾਂ, ਪਹਿਲਾ ਨਾਂ ਮਨੀ ਰਾਮ ਹੈ ਤੇ ਮਾਪਿਆਂ ਨੇ ਪਿਆਰ ਨਾਲ ਮਨੀਆਂ ਕਹਿੰਦੇ ਨੇ, ਮਨੀਆਂ ਵੀ ਇਤਿਹਾਸ ਵਿੱਚ ਆਇਆ ਤੇ ਅਮਰ ਛਕਣ ਤੋਂ ਬਾਅਦ ਇਹਨਾਂ ਦਾ ਨਾਂ ਭਾਈ ਮਨੀ ਸਿੰਘ ਪਿਆ, ਗੱਲ ਵੱਖਰੀ ਹੈ। ਭਾਈ ਮਨੀ ਸਿੰਘ ਹੋਰੀ ਨੇ ਜਦੋਂ 1657 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਹਨਾਂ ਨੂੰ ਪਿਤਾ ਮਾਈ ਦਾਸ ਜੀ ਆ ਕੇ ਛੱਡ ਗਏ, ਗੁਰੂ ਦੀ ਗੋਦ ਵਿੱਚ ਰਹਿੰਦੀਆਂ ਲੰਮਾ ਸਮਾਂ ਇਹਨਾਂ ਨੇ ਗੁਜ਼ਾਰਿਆ, ਪਰ ਫਿਰ ਇਹਦੇ ਸਮੇਂ ਦੇ ਦਰਮਿਆਨ ਹੀ 1659 ਦੇ ਵਿੱਚ ਦੁਬਾਰੇ ਆਪਣੇ ਨਗਰ ਫਿਰ ਚਲੇ ਗਏ। ਉਦੋਂ ਇਹਨਾਂ ਦੀ ਸ਼ਾਦੀ ਹੋਈ ਬੀਬੀ ਸੀਤੋ ਜੀ ਨਾਲ, ਜਿਨ੍ਹਾਂ ਦਾ ਨਾਂ ਮਗਰੋਂ ਅਮਰ ਛਕਣ ਤੋਂ ਬਾਅਦ ਵਿੱਚ ਬੀਬੀ ਬਸੰਤ ਕੌਰ ਪਿਆ। ਇਹ ਬੀਬੀ ਇਹਨਾਂ ਨੇ ਆਪਣੇ ਵੱਲੋਂ ਸੀਤੋ ਜੀ ਜਾਂ ਬੀਬੀ ਬਸੰਤ ਕੌਰ ਇਹਨਾਂ ਨਾਲ ਸ਼ਾਦੀ ਹੋਈ। ਇਹ ਵੀ ਗੱਲ ਧਿਆਨ ਦੇਣ ਯੋਗ ਬਾਤ, ਇੱਥੇ ਮੈਂ ਇੱਕ ਬੇਨਤੀ ਹੈ ਜ਼ਰੂਰ ਕਰਾਂਗਾ, ਜਿੱਥੇ ਵੀ ਆਪਾਂ ਬੈਠੇ ਅੱਜ ਕਥਾ ਸੁਣ ਰਹੇ ਹਾਂ ਨਾ, ਇਹ ਮੈਂ ਅਰਜ਼ ਜ਼ਰੂਰ ਕਰਾਂਗਾ ਵੀ ਅੱਜ ਦੀ ਲੜੀ ਨਾਲ ਜ਼ਰੂਰ ਜੁੜੇ ਰਹੋ, ਕਿਉਂਕਿ ਪਰਿਵਾਰ ਏਡਾ ਲੰਮਾ ਚੌੜਾ ਹੈ, ਇਹਦੇ ਵਿੱਚੋਂ ਆਪਾਂ ਕਿਤੋਂ ਵੀ ਕੋਈ ਗੱਲ ਮਿਸ ਕਰ ਗਏ ਨਾ ਤਾਂ ਮੁੜ ਕੇ ਜੁੜ ਨਹੀਂ ਹੋਣਾ, ਮੁੜ ਕੇ ਲੜੀ ਦੀ ਸਮਝ ਨਹੀਂ ਲੱਗਣੀ। ਇਹ ਮੈਂ ਅੱਜ ਖਾਸ ਬੇਨਤੀ ਤੁਹਾਨੂੰ ਕਰਾਂਗਾ, ਕਿਉਂਕਿ ਇਹਦੇ ਵਿੱਚ ਨਾਂ ਇਹੋ ਜਿਹੇ ਆਉਣੇ ਨੇ ਜਿਹੜੀ ਫਿਰ ਲੜੀ ਸਾਨੂੰ ਸਮਝ ਨਹੀਂ ਲੱਗ ਪਾਵੇਗੀ, ਮੈਂ ਨੇੜੇ ਰੱਖਾਂਗਾ ਗੱਲ ਨੂੰ। ਅੱਜ ਇਸ ਪਰਿਵਾਰ ਦੀ, ਇਸ ਭਾਈ ਮਨੀ ਸਿੰਘ ਦੀ ਸ਼ਾਦੀ ਹੋਈ ਹੈ ਬੀਬੀ ਸੀਤੋ, ਬੀਬੀ ਬਸੰਤ ਕੌਰ ਜੀ ਦੇ ਨਾਲ। ਇਹ ਬੀਬੀ ਬਸੰਤ ਕੌਰ ਲੱਖੀ ਸ਼ਾਹ ਬਣਜਾਰਾ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਚੁੱਕ ਕੇ ਰਕਾਬਗੰਜ ਸਾਹਿਬ ਵਿਖੇ ਸੰਸਕਾਰ ਕਰਦਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1675 ਦੇ ਵਿੱਚ, 11 ਨਵੰਬਰ 1675 ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਇਹੀਓ ਲੱਖੀ ਸ਼ਾਹ ਬਣਜਾਰਾ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੀਰ ਨੂੰ ਤੇ ਉਹ ਉੱਥੇ ਸੰਸਕਾਰ ਕਰਦੇ ਨੇ। ਇਹਦੇ ਘਰ ਭਾਈ ਮਨੀ ਸਿੰਘ ਦੀ, ਇਹਦੀ ਬੇਟੀ ਨਾਲ ਭਾਈ ਮਨੀ ਸਿੰਘ ਦੀ ਸ਼ਾਦੀ ਹੋਈ ਹੈ। ਦੂਜੇ ਸ਼ਬਦਾਂ ਵਿੱਚ ਮੈਂ ਸੌਖਾ ਕਰਦੀ ਹਾਂ, ਲੱਖੀ ਸ਼ਾਹ ਬਣਜਾਰਾ ਭਾਈ ਮਨੀ ਸਿੰਘ ਦਾ ਸਹੁਰਾ ਪਿਤਾ ਹੈ। ਦੂਜੇ ਸ਼ਬਦਾਂ ਵਿੱਚ ਫਿਰ ਸੌਖਾ ਕਰਦੇ ਹਾਂ, ਭਾਈ ਲੱਖੀ ਸ਼ਾਹ ਬਣਜਾਰਾ ਭਾਈ ਮਨੀ ਸਿੰਘ ਦਾ ਸਹੁਰਾ ਪਿਤਾ ਹੈ, ਭਾਈ ਮਨੀ ਸਿੰਘ ਲੱਖੀ ਸ਼ਾਹ ਬਣਜਾਰੇ ਦਾ ਜਵਾਈ ਹੈ। ਸੌਖਾ ਕਰਦੇ ਹਾਂ, ਇੰਨੇ ਗਹਿਰੇ ਪਰਿਵਾਰਾਂ ਨਾਲ ਇਹਨਾਂ ਦਾ ਸੰਬੰਧ ਹੈ। ਆਖਿਰਕਾਰ ਇਹ ਕੁਝ ਸਮਾਂ ਆਪਣੇ ਉੱਥੇ ਘਰ ਵਿੱਚ ਰਹੇ, 1559 ਦੇ ਵਿੱਚ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕੁਝ ਸਮਾਂ ਉੱਥੇ ਰਹੇ, ਉਸ ਤੋਂ ਬਾਅਦ ਵਿੱਚ ਜੀ ਨਾ ਲੱਗਿਆ, ਫਿਰ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਗਏ ਨੇ। 1661 ਦੇ ਵਿੱਚ ਫਿਰ ਗੁਰੂ ਚਰਨਾਂ ਵਿੱਚ ਆ ਗਏ ਨੇ ਤੇ ਇੱਥੇ ਰਹਿੰਦੇ ਆ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਗੁਰੂ ਹਰਿਰਾਇ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੇ ਵੇਲੇ ਇਹ ਸੇਵਾ ਕਰਦੇ ਰਹੇ, ਗੁਰੂ ਗੋਦ ਵਿੱਚ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਭਾਈ ਮਨੀ ਸਿੰਘ ਜੀ ਨੂੰ ਮੈਂ ਬੇਨਤੀ ਕਰਦੇ ਹਾਂ, ਪਹਿਲਾ ਨਾਮ ਮਨੀ ਰਾਮ ਹੈ ਹਾਲੇ ਤੱਕ, ਪਰ ਆਪਾਂ ਕਵਾਂਗੇ ਭਾਈ ਮਨੀ ਸਿੰਘ ਜੀ। ਉਸ ਵੇਲੇ ਮਨੀ ਰਾਮ ਜੀ ਨੂੰ, ਭਾਈ ਮਨੀ ਸਿੰਘ ਜੀ ਹੋਰਾਂ ਨੂੰ ਗੁਰੂ ਘਰ ਦਾ ਦੀਵਾਨ ਬਣਾ ਦਿੱਤਾ ਗਿਆ। ਗੁਰੂ ਘਰ ਦੇ ਦੋ ਦੀਵਾਨ ਸਨ, ਇੱਕ ਨੰਦ ਚੰਦ
ਤੇ ਦੂਜੇ ਨੰਬਰ ਉੱਤੇ ਦੀਵਾਨ ਹੈ ਭਾਈ ਮਨੀ ਸਿੰਘ ਜੀ। ਇਹ ਦੋ ਦੀਵਾਨ ਨੇ ਗੁਰੂ ਘਰ ਦੇ। ਦੀਵਾਨ ਸ਼ਬਦ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਗੁਰੂ ਸਾਹਿਬ ਦੇ ਨਜ਼ਦੀਕੀ ਵਜ਼ੀਰ, ਇਹ ਦੋ ਨੇ। ਤੇ ਇਹ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਨੂੰ ਦੀਵਾਨ ਬਣਾ ਦਿੱਤਾ ਗਿਆ। ਆਖਿਰ ਕਲਗੀਧਰ ਪਿਤਾ ਜੀ ਦੇ ਵੇਲੇ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ, ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਜਦ ਤੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆ ਗਏ, ਅਨੰਦਪੁਰ ਸਾਹਿਬ ਆ ਗਏ ਉਸ ਵੇਲਿਆਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹੁਣ ਭਾਈ ਮਨੀ ਸਿੰਘ ਹੋਰੀ ਰਹੇ ਨੇ। ਤੇ ਇਹਨਾਂ ਵਕਤਾਂ ਵਿੱਚ ਹੁਣ ਖਿਆਲ ਕਰਿਓ ਜੇ ਇੱਕ ਅਚਾਨਕ ਅਜਿਹਾ ਭਾਣਾ ਵਰਤਦਾ, 1687 ਦੇ ਵਿੱਚ, ਮੈਂ ਬੇਨਤੀ ਕਰਾਂਗਾ ਬਹੁਤ ਲੜੀਵਾਰ ਖਿਆਲ ਰੱਖਿਓ ਜੀ, ਅੱਜ 1687 ਦੇ ਵਿੱਚ ਬਾਬਾ ਰਾਮ ਰਾਏ ਦੀ ਮੌਤ ਹੁੰਦੀ ਹੈ। ਥੋੜਾ ਜਿਹਾ ਪਿਛੋਕੜ ਫੋਲਦੇ ਹਾਂ। ਬਾਬਾ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਦੇ ਪੁੱਤਰ ਨੇ। ਉਹਨਾਂ ਨੇ ਗੁਰਬਾਣੀ ਦੀ ਇੱਕ ਪੰਕਤੀ ਬਦਲ ਦਿੱਤੀ ਸੀ, ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਕਰ ਦਿੱਤੀ ਸੀ। ਉਹਨਾਂ ਨੂੰ ਗੁਰੂ ਘਰ ਤੋਂ ਕੱਢ ਦਿੱਤਾ ਗਿਆ ਸੀ ਤੇ ਇਹ ਆ ਕੇ ਇੱਥੇ ਦੇਹਰਾਦੂਨ ਦੀ ਧਰਤੀ ਦੇ ਉੱਤੇ ਆ ਕੇ ਇੱਥੇ ਆ ਕੇ ਰਹਿਣ ਲੱਗ ਪਏ ਤੇ ਇੱਥੇ ਜਿਹੜੇ ਮਸੰਦਾਂ ਦੇ ਕੋਲ ਆ ਕੇ ਰਹਿਣ ਲੱਗੇ, ਉਹਨਾਂ ਮਸੰਦਾਂ ਨੇ ਹੀ ਇਹਨੂੰ ਰਜਾਈ ਵਿੱਚ ਘੁੱਟ ਕੇ ਮੂੰਹ ਇਹਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ ਸੀ। ਇਹ ਰਾਮ ਰਾਏ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਮਿਲ ਚੁੱਕਾ ਹੋਇਆ। ਮੈਂ ਬਹੁਤੀ ਗੱਲ ਉਲਟਲੇ ਪਾਸੇ ਲੰਮੀ ਨਹੀਂ ਕਰਨੀ ਤਾਂ ਕਿ ਆਪਾਂ ਖਿਲਾਰੇ ਵਿੱਚ ਨਾ ਪਈਏ। ਇਹਦੀ ਮੌਤ ਹੁੰਦੀ ਹੈ, ਇਹ ਚੜ੍ਹਾਈ ਕਰਦਾ 1687 ਦੇ ਵਿੱਚ। ਤੇ ਉਸ ਵੇਲੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਂਦੇ ਨੇ ਤੇ ਉਸ ਵੇਲੇ ਜਾ ਕੇ ਇਹਦੀ ਮੌਤ ਦੇ ਉੱਤੇ ਅਫਸੋਸ ਕਰਦੇ ਨੇ, ਸਾਰੀ ਉਹ ਕਿਰਿਆ ਕਰਮ ਆਪਣੇ ਵੇਲੇ ਕਰਦੇ ਨੇ, ਉਸ ਵੇਲੇ ਕੋਈ ਨਾ ਬੋਲਿਆ। ਪਰ ਅਗਲੇ ਸਾਲ ਇਹਦੀ ਬਰਸੀ ਹੈ, ਜਦੋਂ ਬਰਸੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਦੇ ਨਾਲ 1687 ਦੇ ਵਿੱਚ, 1686 'ਚ ਇਹਦੀ ਮੌਤ ਹੁੰਦੀ ਹੈ, 1687 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦ ਚੰਦ ਨੂੰ ਤੇ ਭਾਈ ਮਨੀ ਸਿੰਘ ਨੂੰ ਅਤੇ ਕੁਝ ਗੁਰੂ ਕੇ ਸਿੱਖਾਂ ਨੂੰ ਇਹਦੇ ਨਾਲ ਭੇਜਦੇ ਨੇ ਇਹਦੀ ਬਰਸੀ ਦੇ ਉੱਤੇ। ਇਹ ਜਦੋਂ ਬਰਸੀ ਦੇ ਉੱਤੇ ਆਉਂਦੇ ਨੇ, ਉਸ ਵੇਲੇ ਰੱਬ ਦਾ ਸਬੱਬ, ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਿਨਾਂ ਵਿੱਚ ਨਾਹਨ ਪਾਉਂਟਾ ਸਾਹਿਬ ਆਏ ਹੋਏ ਨੇ, ਚੇਤੇ ਰੱਖਣਾ, ਇੱਥੋਂ ਬਿਲਕੁਲ ਲਾਗੇ ਹੈ। ਇੱਥੇ ਆ ਕੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਸਿੱਖਾਂ ਨੂੰ ਭੇਜਿਆ, ਬਹੁਤ ਧਿਆਨ ਦਿਓ, ਉਦੋਂ ਪਾਠ ਦਾ ਭੋਗ ਪਿਆ। ਰਾਮ ਰਾਏ ਦੇ ਬਰਸੀ ਦੇ ਉੱਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੋ ਉਸ ਵੇਲੇ ਦੀ ਪਾਵਨ ਬੀੜ ਹੈ, ਉਹਦਾ ਭੋਗ ਪਾਇਆ ਗਿਆ। ਜਦੋਂ ਉਹਦਾ ਭੋਗ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਖਸ਼ ਰਾਏ, ਇਹ ਮਸੰਦ ਹੈ, ਇਹਨਾਂ ਦੀ ਰਾਏ ਨਾਲ ਇਹ ਬਾਬਾ ਰਾਮ ਰਾਏ ਨੂੰ ਮਾਰਿਆ ਗਿਆ, ਇਹ ਮਸੰਦ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠਾ ਹੈ। ਤੇ ਜਦੋਂ ਅਰਦਾਸ ਹੋਣ ਲੱਗੀ, ਉਦੋਂ ਗੁਰੂ ਘਰ ਵੱਲੋਂ ਹੁਕਮ ਸੀ ਵੀ ਬਾਬਾ ਰਾਮ ਰਾਏ ਬਖਸ਼ੇ ਗਏ ਨੇ ਤੇ ਉਹਦੀ ਅਰਦਾਸ ਤੁਸਾਂ ਕਰਨੀ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਨੰਦ ਚੰਦ ਜੀ ਅਰਦਾਸ ਕਰਨ ਲੱਗੇ, ਜਿਹੜਾ ਗੁਰੂ ਗੋਦ ਵਿੱਚ ਬੈਠਾ ਸੀ ਗੁਰਬਖਸ਼ ਰਾਏ, ਉਹਨੇ ਭਾਈ ਨੰਦ ਚੰਦ ਅਤੇ ਗੁਰੂ ਘਰ ਦੇ ਬਾਰੇ ਵਿੱਚ ਗੰਦੇ ਬਚਨ ਬੋਲੇ। ਜਦੋਂ ਗੰਦੇ ਬਚਨ ਬੋਲੇ, ਉਦੋਂ ਕੀ ਭਾਈ ਮਨੀ ਸਿੰਘ ਹੋਰਾਂ ਨੇ ਬਾਂਹ ਪਕੜ ਕੇ ਉਹਨਾਂ ਨੂੰ ਲਾਮੇ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਸਿੱਖ ਦੀ ਡਿਊਟੀ ਲਾ ਦਿੱਤੀ, ਕਿਉਂਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਤੁਸੀਂ ਇਹੋ ਜਿਹੇ ਬਚਨ ਨਹੀਂ ਕਰ ਸਕਦੇ। ਤੇ ਉਹਨਾਂ ਨੂੰ ਜਦੋਂ ਲਾਮੇ ਕੀਤਾ ਗਿਆ ਤਾਂ ਉਦੋਂ ਇਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਬੜੀ ਔਖੇ ਭਾਰੇ ਵੀ ਹੋਏ ਗੁਰਬਖਸ਼ ਰਾਏ ਦੀ, ਉਦੋਂ ਆਪਣੇ ਵੱਲੋਂ ਉਹਨੇ ਆਪਣੀ ਕਾਫੀ ਤੋਹੀਨ ਸਮਝੀ। ਖੈਰ ਇਹਨੇ ਗੰਢ ਜੋੜ ਕਰਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ
ਤੇ ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੁੰਦਾ, ਯਾਦ ਰੱਖਿਓ ਜੀ, ਉਹ ਪਹਿਲੇ ਯੁੱਧ ਵਿੱਚ ਜਿਹੜੀ ਕਾਰਨ ਇੱਕ ਉਹਨਾਂ ਵਿੱਚੋਂ ਇਹ ਵੀ ਕਾਰਨ ਹੈ, ਇਹ ਜਿਹੜਾ ਗੁਰਬਖਸ਼ ਰਾਏ ਹੈ ਵਕਤੀ ਹਾਕਮ ਕੋਲ ਜਾ ਕੇ ਬਹੁਤ ਪਿੱਟਦਾ, ਤੇ ਉਸ ਵੇਲੇ ਜਿਹੜਾ ਇਹ ਜੰਗ ਹੁੰਦਾ ਫਤਿਹ ਸ਼ਾਹ ਕੋਲ ਜਾ ਕੇ ਬਹੁਤ ਪਿੱਟਦਾ ਇਹ, ਤੇ ਇਹ ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੁੰਦਾ ਉਹਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਬਹੁਤ ਖੂਬ ਜ਼ਿੰਦਗੀ ਦੇ ਅੰਦਰ ਜੂਝ ਕੇ ਲੜੇ। ਇਹ ਪਹਿਲੇ ਜੰਗ ਵਿੱਚ ਭਾਣਾ ਵਰਤਿਆ ਭਾਈ ਮਨੀ ਸਿੰਘ ਹੋਰਾਂ ਨੇ, ਉੱਥੇ ਆਪਣੀ ਕਿਰਪਾਨ ਦੇ ਜੌਹਰ ਦਿਖਾਏ। ਉੱਥੋਂ ਹਜ਼ੂਰ 2 ਸਾਲ ਰਹਿਣ ਤੋਂ ਬਾਅਦ ਆਖਿਰਕਾਰ ਇਹ ਪਾਵਨ ਅਸਥਾਨ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਾਪਸ ਆ ਗਏ। ਇੱਥੇ ਆ ਕੇ ਹੁਣ ਇੱਕ ਫਿਰ ਖਿਆਲ ਕਰਨ ਯੋਗ ਬਾਤ, ਇੱਥੇ ਆ ਕੇ ਰੱਬ ਦਾ ਸੁਭਾਵ ਇਹ ਵਰਤਿਆ ਭਈ ਇਹਨਾਂ ਦਿਨਾਂ ਦੇ ਵਿੱਚ ਨਿਰੰਕਾਰ ਨੇ ਇਹੋ ਜਿਹੀ ਕਿਰਪਾ ਕੀਤੀ। ਇੱਥੇ ਥੋੜਾ ਜਿਹਾ ਮੈਨੂੰ ਇਤਿਹਾਸ ਪਿਛੋਕੜ ਫੋਲਣਾ ਪੈਂਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਇੱਥੇ ਜਿਹੜੇ ਰਾਜੇ ਨੇ ਨਾ, ਉਹਨਾਂ ਵਿੱਚੋਂ ਇੱਕ ਭੀਮ ਚੰਦ ਰਾਜਾ ਹੈ, ਇੱਥੇ ਦਾ ਇਹ ਮੁਖੀਆ ਹੈ। ਇਹਦੇ ਕੋਲੋਂ ਜਦੋਂ ਇਹ ਭੰਗਾਣੀ ਦਾ ਯੁੱਧ ਹੋਇਆ ਉਦੋਂ ਇਹਨੇ ਸਾਰਾ ਕੁਝ ਦੇਖ ਲਿਆ, ਤੇ ਇਹ ਭੀਮ ਚੰਦ ਦੇ ਕਾਰਨ ਹੀ ਹੋਇਆ ਸੀ, ਇਹਦੇ ਵਿੱਚ ਇੱਕ ਕਾਰਨ ਸੀ। ਮੈਂ ਬੇਨਤੀ ਕਰ ਰਿਹਾ ਵੀ ਅੱਜ ਦਾ ਇਤਿਹਾਸ ਬਹੁਤ ਪਕੜ ਵਿੱਚ ਰੱਖਿਓ। ਤੇ ਇੱਥੇ ਹੁਣ ਨਿਧਾਉਣ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਨੰਦਪੁਰ ਸਾਹਿਬ ਦੇ ਬਿਲਕੁਲ ਲਾਗੇ ਹੈ। ਇੱਥੇ ਕਿਰਪਾਲ ਚੰਦ ਕਟੋਚੀਆ ਇੱਕ ਰਾਜਾ ਹੈ, ਇਹਦੇ ਕੋਲ ਰਾਜੇ ਨੇ ਔਰੰਗਜ਼ੇਬ ਨੇ ਆਪਣੇ ਵੱਲੋਂ ਟੈਕਸ ਲੈਣ ਵਾਸਤੇ ਭੇਜ ਦਿੱਤਾ। ਜਦੋਂ ਟੈਕਸ ਲੈਣ ਆਏ ਇਹਨਾਂ ਸੋਚਿਆ ਮੇਰੇ ਇਕੱਲੇ ਕੋਲੋਂ ਕੰਮ ਨਹੀਂ ਬਣਨਾ, ਇਹ ਭੀਮ ਚੰਦ ਨਾਲ ਗੰਢ ਜੋੜ ਕਰ ਲਈ। ਭੀਮ ਚੰਦ ਨੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਦਦ ਮੰਗ ਲਈ ਵੀ ਸਤਿਗੁਰੂ ਜੀ ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਤੁਸੀਂ ਕਿਰਪਾ ਕਰੋ ਇਸ ਵੇਲੇ ਮੇਰੀ ਮਦਦ ਕਰੋ ਤੇ ਮੇਰੀ ਬਾਂਹ ਪਕੜਨ ਵਾਲਾ ਕੋਈ ਨਹੀਂ ਇਸ ਵੇਲੇ। ਸਤਿਗੁਰੂ ਜੀ ਨੇ ਭੀਮ ਚੰਦ ਦੀ ਮਦਦ ਕਰਨ ਵਾਸਤੇ ਨਿਧਾਉਣ ਦੇ ਜੰਗ ਵਿੱਚ ਉਦੋਂ ਵੀ ਭਾਈ ਮਨੀ ਸਿੰਘ ਹੋਰਾਂ ਨੂੰ ਭੇਜਿਆ, ਤੇ ਉਹਨਾਂ ਨੇ ਰੱਜ ਕੇ ਜੰਗ ਲੜ ਕੇ ਜਿੱਤ ਹਾਸਲ ਕਰਕੇ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਫਿਰ ਦੁਬਾਰੇ ਹਾਜ਼ਰ ਹੋਏ। 2 ਜੰਗ ਜਿੱਤੇ ਇਹਨਾਂ ਨੇ ਇਸ ਭਾਈ ਮਨੀ ਸਿੰਘ ਜੀ ਹੋਰਾਂ ਨੇ। ਆਖਿਰਕਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ, ਇਹ ਗੱਲ ਬਹੁਤ ਧਿਆਨ ਦੇਣ ਯੋਗ ਬਾਤ ਹੈ, ਜਦੋਂ 1699 ਨੂੰ ਅੰਮ੍ਰਿਤ ਸੰਚਾਰ ਦੀ ਦਾਤ ਮੰਡੀ ਗਈ, ਅੰਮ੍ਰਿਤ ਸੰਚਾਰ ਹੋਇਆ ਪਹਿਲੀ ਵਾਰੀ, ਯਾਦ ਰੱਖਣ ਯੋਗ ਬਾਤ ਹੈ, ਉਦੋਂ 5 ਪਿਆਰਿਆਂ ਤੋਂ ਮਗਰੋਂ ਜਿਹੜੇ ਜਥੇ ਨੇ ਮੁੜ ਕੇ ਅੰਮ੍ਰਿਤ ਛਕਿਆ, 11 ਬੰਦਿਆਂ ਨੇ, 11 ਗੁਰੂ ਪ੍ਰੇਮੀਆਂ ਨੇ, ਉਹਨਾਂ 11 ਵਿੱਚੋਂ 6 ਭਾਈ ਮਨੀ ਸਿੰਘ ਦੇ ਪੁੱਤਰ ਨੇ ਅਤੇ 7ਵਾਂ ਭਾਈ ਮਨੀ ਸਿੰਘ ਆਪ ਹੈ। ਯਾਦ ਰੱਖਣ ਯੋਗ ਬਾਤ ਹੈ, ਭਾਈ ਮਨੀ ਸਿੰਘ ਹੋਰਾਂ ਨੇ ਉਦੋਂ ਦੂਜੀ ਵਾਰੀ ਅੰਮ੍ਰਿਤ ਛਕਿਆ ਜਿਹੜਾ 5 ਪਿਆਰਿਆਂ ਕੋਲੋਂ, ਉਦੋਂ ਪਹਿਲੇ ਜਥੇ ਵਿੱਚ ਭਾਈ ਮਨੀ ਸਿੰਘ ਹੋ ਰਹੀ ਹੈ, ਤੇ ਇਹਦੇ 6 ਪੁੱਤਰ ਨੇ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਇਹ ਬਚਿੱਤਰ ਸਿੰਘ ਹੋਈ ਜਿਹਨੇ ਨਾਗਣੀ ਵਰਸ਼ੀ ਮਾਰੀ ਸੀ, ਗੱਲ ਅੱਗੇ ਜਾ ਕੇ ਕਰਾਂਗੇ ਜਦੋਂ ਇਹਦੀ ਵਾਰੀ ਆਏਗੀ। ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਇਹ 6 ਪੁੱਤ ਨੇ। ਵੈਸੇ ਭਾਈ ਮਨੀ ਸਿੰਘ ਹੋਰਾਂ ਦੇ 10 ਪੁੱਤ ਨੇ, ਯਾਦ ਰੱਖਣ ਯੋਗ ਬਾਤ ਹੈ, 10 ਦੇ 10 ਹੀ ਸ਼ਹੀਦ ਨੇ, ਅੱਗੇ ਜਾ ਕੇ ਗੱਲ ਕਰਾਂਗੇ ਆਪਾਂ। ਤੇ ਇਹ 6 ਪੁੱਤਰਾਂ ਨੇ ਅੱਜ ਪਹਿਲੇ ਦਿਨ ਹੀ ਅੰਮ੍ਰਿਤ ਸੰਚਾਰ ਦੇ ਵੇਲੇ ਅੰਮ੍ਰਿਤ ਛਕ ਕੇ ਗੁਰੂ ਦੇ ਚਰਨਾਂ ਵਿੱਚ ਆਪਣੀਆਂ ਜ਼ਿੰਦਗੀਆਂ ਭੇਟ ਕੀਤੀਆਂ। ਇਸ ਤੋਂ ਮਗਰੋਂ ਸਤਿਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਬਾਕੀ ਜੰਗਾਂ ਯੁੱਧਾਂ ਦੇ ਵਿੱਚ ਲੜਦੇ ਰਹੇ, ਤੇ ਉਹਨਾਂ ਸਮਿਆਂ ਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਨਾਲ ਰਹੇ, ਪਰ ਕੁਝ ਸਮਾਂ ਇਹਨਾਂ ਸਮਿਆਂ ਦੇ ਦਰਮਿਆਨ, ਹੁਣ ਇੱਥੇ ਇੱਕ ਨੁਕਤਾ ਫਿਰ ਨੋਟ ਕਰਨ ਵਾਲਾ ਹੈ, ਇਹਨਾਂ ਸਮਿਆਂ ਦੇ ਦਰਮਿਆਨ
ਜਦੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੇ ਬਾਬਾ ਪਿਰਥੀ ਚੰਦ ਦੀ ਔਲਾਦ, ਬਾਬਾ ਮਿਹਰਬਾਨ ਦਾ ਪੁੱਤਰ ਹੈ ਬਾਬਾ ਹਰਜੀ, ਬਾਬਾ ਹਰਜੀ ਦਾ ਪੁੱਤਰ ਹੈ ਬਾਬਾ ਚਤੁਰਭੁਜ, ਯਾਦ ਰੱਖਣ ਯੋਗ ਬਾਤ ਹੈ, ਇਹਨਾਂ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ। ਜਦੋਂ ਛੇਵੇਂ ਪਾਤਸ਼ਾਹ ਆਖਰੀ ਜੰਗ ਲੜ ਕੇ ਆਏ ਨੇ, ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਨਹੀਂ ਗਏ, ਉਸ ਤੋਂ ਬਾਅਦ ਵਿੱਚ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਇਹਨਾਂ ਨੇ ਕਰ ਲਿਆ। ਲੰਮਾ ਸਮਾਂ ਕਬਜ਼ਾ ਇਹਨਾਂ ਦਾ ਰਿਹਾ, 1697 ਤੱਕ ਕਬਜ਼ਾ ਇਹਨਾਂ ਦਾ ਰਿਹਾ। 1697 ਦੇ ਵਿੱਚ ਕਲਗੀਧਰ ਪਿਤਾ ਜੀ ਮਹਾਰਾਜ ਨੂੰ ਸੁਨੇਹਾ ਮਿਲਿਆ ਸੀ ਭਈ ਉਹ ਜਿਹੜੇ ਮੀਣੇ ਨੇ ਉਹ ਛੱਡ ਕੇ ਚਲੇ ਗਏ ਨੇ। ਮੈਂ ਇੱਕ ਗੱਲ ਇੱਥੇ ਫਿਰ ਕਹਿ ਦੇਣੀ ਚਾਹੁੰਦਾ, ਸਿੱਖ ਸੁਚੇਤ ਨਹੀਂ ਹੁੰਦਾ। ਇਹ ਪਹਿਲੇ ਦਿਨ ਤੋਂ ਹੀ ਐਵੇਂ ਅਵੇਸਲੇ ਪਾਣ ਕਾਰਨ ਲੁੱਟਿਆ ਜਾਂਦਾ, ਆਪਣੇ ਮਹਾਨ ਵਿਰਸੇ ਤੋਂ ਇਹ ਖਾਲੀ ਰਹਿ ਜਾਂਦਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕਦੇ ਤੁਸੀਂ ਧਿਆਨ ਦੇ ਕੇ ਦੇਖਿਓ, ਹਰਿਮੰਦਰ ਸਾਹਿਬ ਦੇ ਉੱਤੇ ਵੀ ਲੰਮਾ ਸਮਾਂ ਇਹਨਾਂ ਲੋਕਾਂ ਦਾ ਕਬਜ਼ਾ ਰਿਹਾ ਤੇ ਅੱਜ ਵੀ ਸਿੱਖੀ ਦੇ ਉੱਤੇ ਬਹੁਤੀਆਂ ਥਾਵਾਂ ਦੇ ਉੱਤੇ ਗਲਬਾ ਇਹਨਾਂ ਲੋਕਾਂ ਦਾ, ਜਿਹੜੇ ਅੱਜ ਕਦੇ ਗੁਰੂ ਦੀ ਰੀਸ ਵਿੱਚ ਕਲਗੀਆਂ ਲਾ ਲੈਂਦੇ ਨੇ, ਕਦੇ ਗੁਰੂ ਦੀ ਰੀਸ ਵਿੱਚ ਸੱਚੇ ਸੌਦੇ ਸ਼ੁਰੂ ਕਰ ਦਿੰਦੇ ਨੇ। ਇਹ ਉਹੀਓ ਲੋਕ ਨੇ ਜਿਹੜੇ ਸਿੱਖੀ ਨੂੰ ਰੱਜ ਕੇ ਢਾ ਲਾਏ ਰਹੇ ਨੇ। ਅੱਜ ਸਿੱਖੀ ਦੇ ਪੱਲੇ ਉਹਨਾਂ ਨੇ ਨਾ ਇਤਿਹਾਸ ਛੱਡਿਆ, ਨਾ ਗੁਰੂ ਕੀ ਬਾਣੀ ਛੱਡੀ ਹੈ, ਅੱਜ ਉਹ ਕੱਚੀਆਂ ਧਾਰਨਾ ਅਤੇ ਦੂਜੇ ਪੱਖ ਵਿੱਚ ਮੈਂ ਕਹਿ ਰਿਹਾ ਇਤਿਹਾਸਕ ਪੱਖ ਤੋਂ ਅਸੀਂ ਬਿਲਕੁਲ ਅਣਜਾਣ ਹੋ ਗਏ ਹਾਂ। ਸਿੱਖਾ ਉਹ ਦਿਨ ਦੂਰ ਨਹੀਂ ਜੇ ਤੂੰ ਅੰਦਰੋਂ ਖੋਖਲਾ ਹੋ ਗਿਆ, ਤੇਰਾ ਇਤਿਹਾਸ ਤੇਰੇ ਕੋਲ, ਤੇਰੀ ਗੁਰਬਾਣੀ ਤੇਰੇ ਕੋਲ ਨਾ ਰਹੀ, ਉਹ ਦਿਨ ਦੂਰ ਨਹੀਂ ਜਿਸ ਦਿਨ ਕੁਰਬਾਨੀਆਂ ਦੇਣ ਵਾਲਾ ਸਿੱਖ ਕਦੇ ਗੁਲਾਮੀ ਦੇ ਜੰਗਲਾਂ ਜਗੜਿਆ ਜਾਏਗਾ। ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਮੈਨੂੰ ਚੇਤੇ ਆ ਗਿਆ, ਮੈਂ ਕਹਿ ਕੇ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ। ਸਾਹਿਬ ਨੇ ਇੱਕ ਸਦੀਵੀ ਸਿਧਾਂਤ ਬਖਸ਼ੇ ਨੇ, ਰੱਬੀ ਬਾਣੀ ਵਿੱਚ ਸਦੀਵੀ ਸਿਧਾਂਤ ਬਖਸ਼ੇ ਨੇ। ਸਦੀਵੀ ਸਿਧਾਂਤ ਇਹ ਹੈ, ਬਲ ਛੁਟਕਿਓ ਬੰਧਨ ਪਰੇ। ਜਦੋਂ ਵੀ ਤੇਰਾ ਬਲ ਛੁਟਕ ਜਾਏਗਾ, ਬੰਧਨ ਪੈ ਜਾਣੇ ਨੇ ਸੱਜਣਾ, ਕਛੂ ਨਾ ਹੋ ਤੋ ਉਪਾਏ। ਇਹ ਸਦੀਵੀ ਸੱਚ ਹੈ। ਜੇ ਦੁਬਾਰੇ ਆਪਣੇ ਬੰਧਨਾਂ ਨੂੰ ਛੁਟਕਾਰਾ ਚਾਹੁੰਦਾ ਤਾਂ ਇੱਕੋ ਇੱਕ ਸਾਧਨ ਹੈ, ਬਲ ਹੋਆ ਬੰਧਨ ਛੁਟੇ। ਜੇ ਦੁਬਾਰੇ ਬਲ ਚਾਹੁੰਦਾ, ਹੁਣ ਤੇਰਾ ਬਲ ਅੱਜ ਥਾਂ ਥਾਂ ਤੇ ਕਮਜ਼ੋਰ ਕੀਤਾ ਜਾ ਰਿਹਾ, ਤੂੰ ਭਾਵੇਂ 100 ਵਾਰੀ ਨਾਰੇ ਲਾਈ ਜਾ ਸੱਜਣਾ, ਕੁਛ ਨਹੀਂ ਜੇ ਬਣਨਾ। ਜੇ ਤੇਰਾ ਅੰਦਰੋਂ ਬਲ ਛੁੱਟ ਗਿਆ, ਤੈਨੂੰ ਬੰਧਨ ਪੈ ਜਾਣੇ ਨੇ, ਭਾਵੇਂ ਗੁਰੂ ਦੀ ਗੱਲ ਕਦੇ ਝੂਠੀ ਨਹੀਂ ਹੋ ਸਕਦੀ। ਜੇ ਤੂੰ ਆਪਣੇ ਆਪ ਨੂੰ ਨਾ ਸੰਭਾਲਿਆ, ਮੈਂ ਬੇਨਤੀ ਤਾਂ ਕਰ ਰਿਹਾ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਅੱਜ ਵਕਤ ਆਇਆ ਸਤਿਗੁਰੂ ਜੀ ਨੂੰ ਸੁਨੇਹਾ ਮਿਲਿਆ ਭਈ ਉਹ ਮੀਣੇ ਲੋਕ ਦਰਬਾਰ ਸਾਹਿਬ ਛੱਡ ਕੇ ਚਲੇ ਗਏ, ਜਿਨ੍ਹਾਂ ਨੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਦਰਬਾਰ ਸਾਹਿਬ ਮੱਥਾ ਨੀਚੀ ਟੇਕਣ ਦਿੱਤਾ, ਹਜ਼ੂਰ ਨੇ ਵਕਤ ਸੰਭਾਲਿਆ। ਉਦੋਂ ਭਾਈ ਮਨੀ ਸਿੰਘ ਹੋਰਾਂ ਨੂੰ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਭੇਜਿਆ। ਯਾਦ ਰੱਖੋ, ਜੇ ਭਾਈ ਮਨੀ ਸਿੰਘ ਦਰਬਾਰ ਸਾਹਿਬ ਦੀ ਸੇਵਾ ਵਿੱਚ 2 ਵਾਰੀ ਗਏ ਨੇ, ਉਦੋਂ ਦਰਬਾਰ ਸਾਹਿਬ ਦੀ ਸੇਵਾ ਵਿੱਚ ਫਿਰ ਦੁਬਾਰੇ ਹਾਜ਼ਰ ਹੋਏ ਤੇ ਹਾਜ਼ਰ ਹੋ ਕੇ ਇਹਨਾਂ ਨੇ ਦਰਬਾਰ ਸਾਹਿਬ ਦੀ ਸਾਰੀ ਸੇਵਾ ਸੰਭਾਲੀ। ਆਖਿਰਕਾਰ ਕਲਗੀਧਰ ਪਿਤਾ ਜੀ ਮਹਾਰਾਜ ਨੇ ਕੁਝ ਸਮੇਂ ਬਾਅਦ ਇਹਨਾਂ ਨੂੰ ਫਿਰ ਆਪਣੇ ਕੋਲ ਬੁਲਾ ਲਿਆ। ਹੁਣ ਆਪਣੇ ਕੋਲ ਰਹਿੰਦੇ ਆ, ਇੱਥੇ ਛੋਟੀਆਂ ਮੋਟੀਆਂ ਜੰਗਾਂ ਹੁੰਦੀਆਂ ਰਹੀਆਂ, ਉਹਨਾਂ ਦੇ ਦਰਮਿਆਨ ਸਤਿਗੁਰੂ ਕੋਲ ਆਉਂਦੇ ਵੀ ਰਹੇ, ਜਾਂਦੇ ਵੀ ਰਹੇ, ਕਿਉਂਕਿ ਦਰਬਾਰ ਸਾਹਿਬ ਜੀ ਸਾਰੀ ਖਬਰ ਆਖਿਰਕਾਰ ਆਨੰਦਪੁਰ ਸਾਹਿਬ ਪਹੁੰਚਾਈ ਜਾਂਦੀ ਸੀ 1705 ਦੇ ਵਿੱਚ। ਤੇ ਉਦੋਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੋਹ ਦੀਆਂ ਰਾਤਾਂ ਨੂੰ, ਕਹਿਰ ਦੀਆਂ ਰਾਤਾਂ ਨੂੰ ਹਜ਼ੂਰ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ, ਉਹਨਾਂ ਸਮਿਆਂ ਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਕਲਗੀਧਰ ਪਿਤਾ ਦੇ ਨਾਲ ਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸਰਸਾ ਦੇ ਕਿਨਾਰੇ, ਜਿੱਥੇ ਅੱਜ ਪਰਿਵਾਰ ਵਿਛੋੜਾ ਅਸਥਾਨ ਹੈ। ਹੁਣ ਆਪਣੇ ਹਿਰਦਿਆਂ ਝਾਤ ਮਾਰਿਓ, ਮੈਂ ਹਰ ਥਾਂ ਦੇ ਉੱਤੇ ਬੇਨਤੀ ਕਰਨਾ, ਜਿੱਥੇ ਵੀ ਮੈਂ ਜਾਣਾ,
ਹੁਣ ਆਪਣੇ ਮਨਾਂ ਵਿੱਚ ਹੱਥ ਮਾਰ ਕੇ ਦੇਖਿਓ, ਉਹ ਨਿਰੇ ਹੇਮਕੁੰਡ ਸਾਹਿਬ ਨੂੰ ਜਾਣ ਵਾਲੇ ਆ ਸਿੱਖਾਂ, ਚੇਤਾ ਰੱਖੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿਛੋੜੇ ਕੋਲ ਵੀ ਜਾ ਕੇ ਆਇਆ ਕਰ, ਗੁਰੂ ਗੋਬਿੰਦ ਸਿੰਘ ਦੀ ਚਮਕੌੜ ਦੀ ਗੜੀ ਵਿੱਚ ਵੀ ਜਾ ਕੇ ਆਇਆ ਕਰ, ਜਿੱਥੇ ਕਰੀਮ ਸ਼ਹੀਦ ਹੋਈ ਪਈ ਹੈ ਸਿੱਖ ਕੌਮ ਦੀ, ਚਮਕੌੜ ਦੀ ਗੜੀ ਵਿੱਚ ਯਾਦ ਰੱਖਣ ਯੋਗ ਬਾਤ ਹੈ। ਉੱਥੇ ਤਿੰਨ ਪਿਆਰੇ, ਭਾਈ ਹਿੰਮਤ ਸਿੰਘ, ਭਾਈ ਧਰਮ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹ ਤਿੰਨ ਪਿਆਰੇ ਚਮਕੌੜ ਦੀ ਗੜੀ ਵਿੱਚ ਸ਼ਹੀਦ ਨੇ, ਸਿੱਖ ਕੌਮ ਦੀ ਕਰੀਮ। ਔਰ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌੜ ਦੀ ਗੜੀ ਵਿੱਚ ਸ਼ਹੀਦ ਨੇ। ਸਿੱਖ ਕੌਮ ਆਪਣੀ ਵਿਰਸਾ ਭੁੱਲਦੀ ਜਾ ਰਹੀ ਹੈ। ਕੌਣ ਅੱਜ ਚਮਕੌੜ ਸਾਹਿਬ ਜਾਂਦਾ? ਤੁਸੀਂ ਵਿਦੇਸ਼ਾਂ ਵਿੱਚੋਂ ਜਾਂਦੇ, ਹੇਮਕੁੰਡ ਸਾਹਿਬ ਨੂੰ ਤੁਰੇ ਰਹਿੰਦੇ ਹੋ, ਕਦੇ ਚਮਕੌੜ ਦੀ ਗੜੀ ਵਿੱਚ ਵੀ ਜਾ ਕੇ ਆਖਿਓ ਸਤਿਗੁਰੂ, ਕਦੇ ਤੇਰਾ ਪਰਿਵਾਰ ਵਿਛੜ ਗਿਆ ਸੀ ਪਰ ਅੱਜ ਤੇਰਾ ਪਰਿਵਾਰ ਫਿਰ ਇਕੱਠਾ ਹੋ ਗਿਆ, ਮੈਂ ਅੱਜ ਤੈਨੂੰ ਮਿਲਣ ਆਇਆ, ਇੱਥੇ ਤੇਰਾ ਅਜੀਤ ਸਿੰਘ ਸੁੱਤਾ ਸੀ, ਅੱਜ ਮੈਂ ਤੇਰੇ ਅਜੀਤ ਸਿੰਘ ਨੂੰ ਮਿਲਣ ਆਇਆ। ਨਹੀਂ, ਸਿੱਖ ਦੇ ਅੰਦਰ ਕਦੇ ਭਾਵਨਾ ਜਾਗਦੀ। ਬੇਨਤੀ ਕਰ ਰਿਹਾ ਸਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ, ਅੱਜ ਕਲਗੀਧਰ ਪਿਤਾ ਦੇ ਨਾਲ, ਉਸ ਆਨੰਦਪੁਰ ਸਾਹਿਬ ਦੇ ਅਸਥਾਨ ਨੂੰ ਛੱਡਿਆ ਤੇ ਉਹਨੂੰ ਛੱਡ ਕੇ ਕਲਗੀਧਰ ਪਿਤਾ ਜੀ ਮਹਾਰਾਜ ਦੇ ਨਾਲ ਸਰਸਾ ਦੇ ਕਿਨਾਰੇ ਤੇ ਜੰਗ ਲੜਦੇ ਆ, ਪਰਿਵਾਰ ਦੇ ਤਿੰਨ ਟੁਕੜੇ ਹੋ ਗਏ ਨੇ ਪਿਆਰ ਵਾਲਿਓ। ਇੱਕ ਟੁਕੜਾ ਹੋ ਗਿਆ ਦੋ ਮਾਤਾਵਾਂ ਅਤੇ ਭਾਈ ਮਨੀ ਸਿੰਘ ਜੀ, ਇਹ ਇੱਕ ਟੁਕੜਾ ਹੋ ਗਿਆ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ, ਇਹ ਇੱਕ ਟੁਕੜਾ ਹੋ ਗਿਆ, ਅਤੇ ਤੀਜਾ ਪਰਿਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਨਾਲ ਲਖਤੇ ਜ਼ਿਗਰ, ਇਹ ਇੱਕ ਟੁਕੜਾ ਹੋ ਗਿਆ। ਇਹ ਸਾਰੇ ਟੁਕੜੇ ਵੱਖੋ ਵੱਖਰੇ ਥਾਵਾਂ ਤੇ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਵਾਲਾ ਟੁਕੜਾ ਚਮਕੌੜ ਦੀ ਗੜੀ ਵਿੱਚ ਚਲਾ ਗਿਆ, ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਵਾਲਾ ਟੁਕੜਾ ਉਹ ਗੰਗੂ ਵਸ ਪੈ ਗਿਆ, ਵਜ਼ੀਰ ਖਾਂ ਦੇ ਨਾਲ ਲੜ ਕੇ ਉੱਥੇ ਸਰਹੰਦ ਦੀ ਇਸ ਨੀਂਹ ਦੇ ਵਿੱਚ ਚਲੇ ਗਏ, ਫਤਿਹਗੜ੍ਹ ਸਾਹਿਬ ਦੇ ਪਾਵਨ ਸਥਾਨ ਉੱਤੇ। ਤੇ ਜਿਹੜਾ ਮਾਤਾ ਜੀ ਵਾਲਾ ਟੁਕੜਾ ਸੀ ਤੇ ਭਾਈ ਮਨੀ ਸਿੰਘ ਹੋਰੀ, ਇਹ ਉੱਥੇ ਚਲੇ ਗਏ ਦਿੱਲੀ ਦੇ ਅਸਥਾਨ ਉੱਤੇ, ਇੱਥੇ ਜਾ ਕੇ ਕੁਝ ਸਮਾਂ ਨਿਵਾਸ ਕੀਤਾ। ਇੱਥੇ ਕੁਝ ਨਿਵਾਸ ਕਰਦੇ ਆ, ਆਖਿਰਕਾਰ ਸਤਿਗੁਰੂ ਜੀ ਦਾ ਪਤਾ ਲੱਗਿਆ 1706 ਦੇ ਵਿੱਚ ਜਾ ਕੇ, ਜਦੋਂ ਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਤਾ ਲੱਗਦਾ ਭਈ ਉਹ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਆ ਗਏ ਨੇ। ਉਦੋਂ ਮਾਤਾਵਾਂ ਅਤੇ ਸਤਿਗੁਰੂ ਜੀ ਦਾ ਪਿਆਰਾ ਭਾਈ ਮਨੀ ਸਿੰਘ ਫਿਰ ਦੁਬਾਰੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆ ਗਿਆ। ਇੱਥੇ ਆ ਕੇ ਸਤਿਗੁਰੂ ਜੀ ਦੇ ਚਰਨ ਪਾਸੇ ਜਦੋਂ ਮਾਤਾ ਨੇ ਪੁੱਛਿਆ ਮੇਰੇ ਪੁੱਤਰ ਕਿੱਥੇ ਨੇ, ਮੇਰਾ ਮਨ ਕਹਿੰਦਾ, ਕਈ ਵਾਰੀ ਅਸੀਂ ਇਹ ਪੰਗਤੀਆਂ ਦੇ ਅਰਥ ਗਲਤ ਕਰ ਜਾਂਦੇ ਹਾਂ। ਉਦੋਂ ਸਤਿਗੁਰੂ ਜੀ ਨੂੰ ਪੁੱਛਿਆ ਮਾਤਾ ਜੀ ਨੇ ਭਈ ਮੇਰੇ ਪੁੱਤਰ ਕਿੱਥੇ ਨੇ, ਤੇ ਸਾਹਿਬ ਨੇ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਪੇ। ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰ ਵਾਲਿਓ, ਉਦੋਂ ਸਾਹਮਣੇ ਗੁਰੂ ਦੇ ਸਾਡੇ ਵਰਗੇ ਸਿੱਖ ਨਹੀਂ ਬੈਠੇ ਹੋਣੇ ਜਿਨ੍ਹਾਂ ਦੇ ਕੋਲ ਇੰਨਾ ਵੀ ਵਕਤ ਨਹੀਂ ਆਪਣੇ ਗੁਰੂ ਦੇ ਵਿਰਸੇ ਨੂੰ ਜਾਣ ਸਕੀਏ। ਉਹ ਇਹੋ ਜਿਹੇ ਸਿੱਖ ਨਹੀਂ ਹੋਣੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਗੁਰੂ ਨੇ ਕਿਹਾ ਹੋਵੇਗਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਤ ਕਈ ਹਜ਼ਾਰ। ਕਹਿਣ ਲੱਗੇ ਉਦੋਂ ਇਹੋ ਜਿਹੇ ਸਿੱਖ ਨਹੀਂ ਹੋਣੇ, ਉਦੋਂ ਉਹੋ ਜਿਹੇ ਸਿੱਖ ਹੋਣਗੇ ਭਾਈ ਮਨੀ ਸਿੰਘ ਵਰਗੇ ਸਾਹਮਣੇ ਬੈਠੇ ਜਿਨ੍ਹਾਂ ਵੱਲ ਗੁਰੂ ਨੇ ਇਸ਼ਾਰਾ ਕਰਕੇ ਕਿਹਾ ਹੋਵੇਗਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਤ ਕਈ ਹਜ਼ਾਰ। ਆਖਿਰਕਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਸਤਕ ਟੇਕ ਕੇ ਇੱਥੇ ਰਹਿਣ ਲੱਗ ਪਏ। ਇੱਥੇ ਹੀ ਮੇਰੇ ਕਲਗੀਧਰ ਪਿਤਾ ਨੇ ਇੱਕ ਬਹੁਤ ਵੱਡਾ ਕਰਮ ਕੀਤਾ, ਬੜੀ ਵੱਡੀ ਬਖਸ਼ਿਸ਼ ਕੀਤੀ।
ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਸ਼ਾਮਲ ਕਰਵਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੁਬਾਰੇ ਸਰੂਪ ਲਿਖਾਇਆ ਗਿਆ। ਇਹ ਗੱਲ ਚੇਤਾ ਰੱਖਣ ਵਾਲੀ ਹੈ, ਪਹਿਲੀ ਵਾਰੀ ਜਿਹੜਾ ਸਰੂਪ ਲਿਖਿਆ ਗਿਆ ਉਹ ਰਾਮਸਰ ਕੰਢੇ, ਹੁਣ ਰਾਮਸਰ ਦਾ ਨਹੀਂ ਪਤਾ ਹੋਏਗਾ, ਰਾਮਸਰ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਤੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਉਹਦੇ ਉੱਤੇ ਸ਼ਹੀਦਾਂ ਦਾ ਸਥਾਨ ਹੈ, ਉਹਦੇ ਲਾਗੇ ਸਥਾਨ ਹੈ ਰਾਮਸਰ। ਇੱਥੇ ਬੈਠ ਕੇ ਪਹਿਲੀ ਵਾਰੀ ਭਾਈ ਗੁਰਦਾਸ ਜੀ ਲਿਖਾਰੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਲਿਖਾਉਣ ਵਾਲੇ ਨੇ, ਤੇ ਪਹਿਲੀ ਵਾਰੀ ਬਾਣੀ ਲਿਖੀ ਗਈ। ਉਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੇ 116 ਸ਼ਬਦ ਨਹੀਂ ਅੰਕਿਤ ਹੋਏ, ਬਾਕੀ ਸਾਰੀ ਬਾਣੀ ਅੰਕਿਤ ਹੋਈ। 116 ਸ਼ਬਦ, 59 ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, 57 ਸ਼ਲੋਕ ਨੇ। ਇਹ ਉਦੋਂ ਬਾਣੀ ਦਰਜ ਨਹੀਂ ਹੋਈ, ਉਦੋਂ ਕੇਵਲ ਭਾਈ ਗੁਰਦਾਸ ਜੀ ਹੋਰਾਂ ਨੇ ਬਾਕੀ ਬਾਣੀ ਲਿਖੀ ਗਈ ਇਹਨਾਂ ਤੋਂ ਬਿਨਾ। ਤੇ ਉਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਹੁਣ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਭਾਈ ਮਨੀ ਸਿੰਘ ਹੋਰਾਂ ਨੂੰ ਲਿਖਾਰੀ ਲਾ ਕੇ ਫਿਰ ਦੁਬਾਰੇ ਇਹ ਬੀੜ ਲਿਖਵਾਈ ਗਈ। ਜਦੋਂ ਸਾਰੀ ਬੀੜ ਵਿੱਚ ਇਹ ਸਮੁੱਚੀ ਬਾਣੀ ਅੰਕਿਤ ਹੋਈ ਤਾਂ ਉਦੋਂ ਇੱਕ ਪਾਠ ਕੀਤਾ ਗਿਆ। ਇਹ ਗੱਲ ਚੇਤਾ ਰੱਖਿਓ ਜੇ ਕਈ ਸਵਾਰਥੀ ਲੋਕ ਇਹਨੂੰ ਸੰਪਟ ਪਾਠ ਨਾਲ ਜੋੜ ਲੈਂਦੇ ਨੇ, ਕਈ ਸਵਾਰਥੀ ਲੋਕ ਇਹਨੂੰ ਅਖੰਡ ਪਾਠ ਨਾਲ ਜੋੜ ਲੈਂਦੇ ਨੇ, ਕਈ ਕਿਸੇ ਪਾਠ ਨਾਲ ਜੋੜ ਲੈਂਦੇ ਨੇ, ਕਈ ਕਿਸੇ ਪਾਠ ਨਾਲ ਜੋੜ ਲੈਂਦੇ ਨੇ। ਮੈਂ ਬੇਨਤੀ ਕਰਾਂਗਾ, ਉਦੋਂ ਇਤਿਹਾਸ ਵਿੱਚ ਕੇਵਲ ਜ਼ਿਕਰ ਇੱਕ ਪਾਠ ਦਾ ਹੈ। ਉਦੋਂ ਪਾਠ ਹੋਇਆ ਤੇ 30 ਅਕਤੂਬਰ 1706 ਨੂੰ ਪਹਿਲਾ ਭੋਗ ਪਾਇਆ ਗਿਆ। ਤੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਸਮਾਂ ਰੁਕ ਕੇ ਇੱਥੇ ਅੰਮ੍ਰਿਤਮਈ ਬਾਣੀ ਦੀ ਇਹਨਾਂ ਨੇ ਵਿਆਖਿਆ ਵੀ ਕੀਤੀ, ਇਤਿਹਾਸ ਇਹ ਗੱਲ ਆਖਦਾ। ਤੇ ਉਦੋਂ ਪਾਠ ਵੀ ਹੋਇਆ, ਉਦੋਂ ਸਾਰੀ ਬਾਣੀ ਦਾ ਇਹ ਉਤਾਰਾ ਹੋਇਆ। ਉਸ ਤੋਂ ਬਾਅਦ ਸਤਿਗੁਰੂ ਜੀ ਚਲੇ ਗਏ ਤੇ ਗਰੀਬ ਨਿਵਾਜ ਪਾਤਸ਼ਾਹ ਇੱਥੋਂ ਜਾਂਦਿਆਂ ਹੋਇਆਂ ਜਦੋਂ ਫਿਰ ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ, ਇਤਿਹਾਸ ਤਾਂ ਪਕੜ ਵਿੱਚ ਆਏਗਾ। ਸਤਿਗੁਰੂ ਜੀ ਨੇ ਦੀਨੇ ਕਾਂਗੜ ਤੋਂ ਇੱਕ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਵੱਲ ਭੇਜਿਆ ਸੀ। ਔਰੰਗਜ਼ੇਬ 1707 ਵਿੱਚ ਉਹਦੀ ਚੜ੍ਹਾਈ ਕਰ ਜਾਂਦਾ, ਮਰ ਜਾਂਦਾ ਉਹ। ਔਰੰਗਜ਼ੇਬ 1707 ਵਿੱਚ ਮਰ ਜਾਂਦਾ। ਜਦੋਂ 1707 ਵਿੱਚ ਉਹ ਮਰਦਾ, ਉਸ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਮਹਾਰਾਜ ਨੂੰ ਇਸ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਕੁਝ ਗੁਰੂ ਕੇ ਸਿੱਖ ਜਿਹੜੇ ਨਾਲ ਉਹ ਲੈ ਕੇ ਗਏ ਸਨ ਜ਼ਫਰਨਾਮਾ, ਉਹ ਆ ਕੇ ਮਿਲਦੇ ਨੇ। ਉਦੋਂ ਭਾਈ ਮਨੀ ਸਿੰਘ ਨਾਲ ਹੈ। ਜਦੋਂ ਇਹ ਜ਼ਫਰਨਾਮੇ ਦੀ ਗੱਲ ਹੋ ਗਈ, ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ ਭੇਜ ਦਿੱਤਾ ਤੇ ਭੇਜ ਕੇ ਉਹਨਾਂ ਨੂੰ ਇਹ ਬਚਨ ਆਖ ਦਿੱਤੇ, ਪਿਆਰਿਓ ਤੁਸੀਂ ਅੱਜ ਤੋਂ ਬਾਅਦ ਇੱਥੇ ਕੁਝ ਸਮਾਂ ਰਹਿਣਾ, ਇੱਥੇ ਵੀ ਸੇਵਾ ਕਰਦੇ ਰਹੇ ਤੇ ਭਾਈ ਮਨੀ ਸਿੰਘ ਮਾਤਾ ਜੀ ਹੋਰਾਂ ਕੋਲ ਵੀ ਰਹੇ। ਤੇ ਆਖਿਰਕਾਰ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਇੱਥੇ ਪੰਜਾਬ ਦੀ ਧਰਤੀ ਵੱਲ ਭੇਜ ਕੇ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਜਦੋਂ ਭੇਜਿਆ, ਬਾਬੇ ਬੰਦੇ ਬਹਾਦਰ ਦੀ ਵੀ ਆਖਿਰਕਾਰ ਚੜ੍ਹਾਈ ਕਰ ਜਾਂਦੇ ਨੇ। ਉਹ 1716 ਦੇ ਵਿੱਚ ਉਦੋਂ ਚੜ੍ਹਾਈ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਵਿੱਚ ਭਾਈ ਮਨੀ ਸਿੰਘ ਹੋਰਾਂ ਨੇ, ਉਦੋਂ ਇੱਕ ਝਗੜਾ ਹੋ ਗਿਆ ਇਹ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਹਰਿਮੰਦਰ ਸਾਹਿਬ ਦੇ ਵਿੱਚ। ਉਦੋਂ ਦੋ ਜਣੇ ਨੇ, ਇੱਕ ਤੱਤ ਖਾਲਸਾ ਇੱਕ ਬੰਦਈ ਖਾਲਸਾ, ਦੋ ਗਰੁੱਪ ਬਣ ਗਏ। ਜਿਹੜਾ ਬੰਦਈ ਖਾਲਸਾ ਹੈ ਉਹਦਾ ਮੁਖੀਆ ਹੈ ਅਮਰ ਸਿੰਘ, ਜਿਹੜਾ ਤੱਤ ਖਾਲਸਾ ਹੈ ਉਹਦਾ ਮੁਖੀਆ ਭਾਈ ਕਾਨ ਸਿੰਘ। ਇਹ ਦੋਵੇਂ ਜਣੇ ਭਾਈ ਕਾਨ ਸਿੰਘ ਹੋਰਾਂ ਦਾ ਕਬਜ਼ਾ ਦਰਬਾਰ ਸਾਹਿਬ ਦੇ ਉੱਤੇ ਤੇ ਅਮਰ ਸਿੰਘ ਆਪਣੇ ਵੱਲੋਂ
ਝੰਡੇ ਬੂੰਗੇ ਇਹਦਾ ਉਸ ਸਥਾਨ ਦੇ ਉੱਤੇ ਕਬਜ਼ਾ ਹੈ ਤੇ ਇਹ ਆਪਣੇ ਵੱਲੋਂ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜਦੋਂ ਇਹਨੇ ਆ ਕੇ ਕਬਜ਼ਾ ਕਰਨਾ ਚਾਹਿਆ, ਲੜਾਈ ਹੋਣ ਲੱਗੀ, ਉਦੋਂ ਭਾਈ ਮਨੀ ਸਿੰਘ ਹੋਰਾਂ ਦੀ ਡਿਊਟੀ ਲੱਗੀ ਭਈ ਇਹ ਝਗੜੇ ਨੂੰ ਨਿਬੇੜਿਆ ਜਾਏ। ਭਾਈ ਮਨੀ ਸਿੰਘ ਹੋਰਾਂ ਨੇ ਇੱਕ ਫੈਸਲਾ ਲਿਆ ਵੀ ਤੁਸੀਂ ਗੁਰੂ ਦੇ ਤੌਰ ਤੇ ਤਾਂ ਆਪਣੇ ਤੌਰ ਤੇ ਮੰਨਦੇ ਨਹੀਂ, ਪਰ ਗੁਰੂ ਨੂੰ ਜੇ ਤੁਸੀਂ ਪ੍ਰਤੱਖ ਮੰਨਦੇ ਹੋ ਤਾਂ ਆਪਾਂ ਦੋਵੇਂ ਤੱਤਾਂ ਦੀਆਂ ਦੋਵੇਂ ਦਲਾਂ ਦੀਆਂ ਪਰਚੀਆਂ ਲਿਖ ਕੇ ਦਰਬਾਰ ਸਾਹਿਬ ਦੇ ਜਲ ਵਿੱਚ ਸੁੱਟਦੇ ਹਾਂ। ਗੁਰੂ ਨੂੰ ਜਿਵੇਂ ਪਾਇਆ ਉਵੇਂ ਗੱਲ ਹੋ ਜਾਏਗੀ। ਉਸ ਵੇਲੇ ਪਰਚੀਆਂ ਪਾਈਆਂ ਗਈਆਂ, ਇਤਿਹਾਸ ਕਹਿੰਦਾ ਭਾਈ ਕਾਨ ਸਿੰਘ ਵਾਲੀ ਪਰਚੀ, ਤਤ ਖਾਲਸਾ ਵਾਲੀ ਪਰਚੀ, ਉਹ ਜਿਹੜੀ ਉਸ ਵੇਲੇ ਤਰ ਗਈ ਤੇ ਅਮਰ ਸਿੰਘ ਨੂੰ ਇਹ ਜਿਹੜਾ ਬੰਦਈ ਖਾਲਸੇ ਦਾ ਬੰਦਾ ਇਹਨੂੰ ਇਹ ਗੱਲ ਪਸੰਦ ਨਾ ਆਈ। ਹਾਲਾਂਕਿ ਪਹਿਲਾਂ ਇਹਨੇ ਵਚਨ ਕੀਤਾ ਵੀ ਪਰਚੀਆਂ ਪਾ ਲਓ ਮੈਂ ਮੰਨਾਂਗਾ, ਇਹਨੇ ਉਸ ਵੇਲੇ ਗੱਲ ਮੰਨੀ ਨਾ। ਉਸ ਵੇਲੇ ਫਿਰ ਦੁਬਾਰਾ ਝਗੜਾ ਹੋਇਆ, ਅਮਰ ਸਿੰਘ ਉੱਥੇ ਮਾਰਿਆ ਗਿਆ। ਜਦੋਂ ਦੁਬਾਰੇ ਤਤ ਖਾਲਸਾ ਤੇ ਬੰਦਈ ਖਾਲਸਾ ਦਾ ਫੈਸਲਾ ਕਰਵਾਇਆ ਭਾਈ ਮਨੀ ਸਿੰਘ ਹੋਰਾਂ ਨੇ, ਇਸ ਤੋਂ ਕੁਝ ਸਮਾਂ ਬਾਅਦ ਸਿੱਖੀ ਦੇ ਉੱਤੇ ਬੜਾ ਕਹਿਰ ਟਿਆ, ਬਹੁਤ ਕਹਿਰ ਟਿਆ। 1716 ਤੋਂ ਬਾਅਦ ਬੜਾ ਕਹਿਰ ਟਾਇਆ ਗਿਆ। ਆਖਿਰਕਾਰ 1723 ਦੇ ਵਿੱਚ ਇੱਕ ਫੈਸਲਾ ਹੁੰਦਾ ਸਰਕਾਰ ਦੇ ਨਾਲ, ਜਦੋਂ ਨਵਾਬੀ ਆਉਂਦੀ ਹੈ, ਨਵਾਬੀ ਆਉਂਦੀ ਹੈ ਤੇ ਉਦੋਂ ਵੀ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਇਹ ਸਲਾਹ ਵਿਚਾਰ ਕੀਤੀ ਗਈ ਤੇ ਕੁਝ ਗੁਰੂ ਕੇ ਸਿੱਖ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਵਿਰੋਧ ਕੀਤਾ, ਪਰ ਮਤਾ ਪਾਸ ਇਹ ਹੋਇਆ ਭਾਈ ਮਨੀ ਸਿੰਘ ਹੋਰਾਂ ਦੀ ਹਜ਼ੂਰੀ ਵਿੱਚ ਭਈ ਜਿੰਨਾ ਸਮਾਂ ਹੋ ਸਕਦਾ ਇਸ ਗੱਲ ਤੋਂ ਲਾਭ ਲਿਆ ਜਾਵੇ, ਸਿੱਖ ਜਿਹੜੇ ਉਖੜੇ ਹੋਏ ਨੇ ਉਹ ਫਿਰ ਦੁਬਾਰੇ ਇਕੱਠੇ ਹੋ ਜਾਣ, ਜਿੰਨਾ ਸਮਾਂ ਨਵਾਬੀ ਦਾ ਕੰਮ ਚੱਲਦਾ ਉਨਾ ਸਮਾਂ ਚਲਾਇਆ ਜਾਏ। ਯਾਦ ਰੱਖਣ ਯੋਗ ਬਾਤ ਹੈ, ਕੇਵਲ 7 ਕੁ ਮਹੀਨੇ ਫੈਸਲਾ ਚੱਲਿਆ, ਨਵਾਬੀ ਦਾ ਫੈਸਲਾ 7 ਕੁ ਮਹੀਨੇ ਚੱਲਿਆ। ਉਸ ਤੋਂ ਬਾਅਦ ਜ਼ਕਰੀਆ ਖਾਂ ਫਿਰ ਦੁਬਾਰੇ ਕਹਿਰ ਢਾਉਣ ਲੱਗ ਪਿਆ, ਸਿੱਖ ਫਿਰ ਦੁਬਾਰੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਗਏ। 1723 ਤੋਂ ਲੈ ਕੇ 1733 ਤੱਕ, ਬਹੁਤ ਧਿਆਨ ਦਿਓ, 1723 ਤੋਂ ਲੈ ਕੇ 1733 ਤੱਕ ਇਹ ਜਿੰਨੇ ਵੀ ਸਨ ਨੇ ਇਹ ਈਸਵੀ ਸਨ ਨੇ, ਇਹਦੇ ਵਿੱਚ ਬੜੀ ਲੁਕਣ ਮਿੱਟੀ ਚੱਲਦੀ ਰਹੀ। ਕਦੇ ਸਰਕਾਰ ਭਾਰੂ ਹੋ ਜਾਇਆ ਕਰੇ, ਕਦੇ ਗੁਰੂ ਕੇ ਸਿੱਖ ਆ ਕੇ ਹਮਲਾ ਕਰਕੇ ਆਪਣਾ ਆਪਾ ਜਿਤਾ ਲਿਆ ਕਰਨ, ਪਰ ਬਹੁਤਾ ਸਮਾਂ ਸਿੱਖੀ ਦਾ ਘਾਣ ਹੀ ਹੁੰਦਾ ਰਿਹਾ। ਆਖਿਰਕਾਰ 1733 ਦੇ ਵਿੱਚ ਭਾਈ ਮਨੀ ਸਿੰਘ ਹੋਰਾਂ ਨੇ ਇੱਕ ਸਰਕਾਰ ਨਾਲ ਫੈਸਲਾ ਕੀਤਾ ਭਾਈ ਜੇ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਮੈਨੂੰ ਇੱਥੇ ਦਰਬਾਰ ਸਾਹਿਬ ਇੱਕ ਵਾਰੀ ਸਿੱਖਾਂ ਦਾ ਇਕੱਠ ਕਰ ਲੈਣ ਦਿਓ ਦੀਵਾਲੀ ਦੇ ਉੱਤੇ, ਦੀਵਾਲੀ ਦੇ ਉੱਤੇ ਸਿੱਖਾਂ ਦਾ ਇਕੱਠ ਕਰ ਲੈਣ ਦਿਓ, ਮੈਂ 10,000 ਰੁਪਈਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾ ਦਿਆਂਗਾ। ਫੈਸਲਾ ਹੋ ਗਿਆ। ਉਦੋਂ ਵਿਚਾਰ ਇਹ ਹੋਈ ਵੀ ਕਿੰਨੇ ਕੁ ਗੁਰੂ ਕੇ ਸਿੱਖ ਨੇ ਇੱਕ ਵਾਰੀ ਰਲ ਮਿਲ ਬੈਠ ਹਰਿਮੰਦਰ ਸਾਹਿਬ ਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ। ਹਰਿਮੰਦਰ ਸਾਹਿਬ ਉਦੋਂ ਜਿੰਦ ਜਾਨ ਹੁੰਦੀ ਸੀ ਸਿੱਖ ਦੀ। ਉਦੋਂ ਉਹਨਾਂ ਬਚਨ ਆ ਕੇ ਕਹਿਣ ਲੱਗੇ ਵੀ ਮੈਂ ਇੱਕ ਛੋਟੀ ਜਿਹੀ ਗੱਲ ਵਿੱਚੋਂ ਹੋਰ ਕਹਿ ਦਿਆਂ। ਹਰਿਮੰਦਰ ਸਾਹਿਬ 1762 ਦੇ ਵਿੱਚ ਜਦੋਂ ਇਹਦੇ ਉੱਤੇ ਹਮਲਾ ਹੋਇਆ, ਯਾਦ ਰੱਖਿਓ ਜੇ 1762 ਵਿੱਚ ਹਮਲਾ ਹੋਇਆ, ਸਹੀ 222 ਸਾਲਾਂ ਬਾਅਦ 1984 ਚ ਫਿਰ ਹਮਲਾ ਹੋਇਆ, ਸਹੀ 222 ਸਾਲਾਂ ਬਾਅਦ 1762 ਵਿੱਚ ਹਮਲਾ ਹੁੰਦਾ। ਜਦੋਂ ਹਮਲਾ ਹੁੰਦਾ ਉਦੋਂ ਵਿੱਚੋਂ ਇੱਕ ਉਦਾਹਰਣ ਦੇਣ ਲੱਗਾ, ਆਪਾਂ ਫਿਰ ਉਸੇ ਲੜੀ ਵੱਲ ਚੱਲਣਾ। ਉਦੋਂ ਇਹ ਦਰਬਾਰ ਸਾਹਿਬ ਦਾ ਜਿਹੜਾ ਸਾਰਾ ਕੁਛ ਸੀ ਉਹ ਤਹਿਸ ਨਹਿਸ ਕਰ ਦਿੱਤਾ ਗਿਆ ਤੇ ਆਪਣੇ ਵੱਲੋਂ ਪ੍ਰਬੰਧ ਸਾਰਾ ਖਤਮ ਕਰ ਦਿੱਤਾ ਗਿਆ ਤੇ ਕੋਈ ਇੱਥੇ ਨੇੜੇ ਨਾ ਸਕੇ। ਉਦੋਂ ਉਹਨਾਂ ਪ੍ਰਬੰਧ ਕੀਤਾ, ਇੱਕ ਗੁਰੂ ਕਾ ਸਿੱਖ ਹੈ, ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਭਈ ਮੈਂ ਜਿਵੇਂ ਕਿਵੇਂ ਹੋਵੇ
ਤੇ ਆਪਣੇ ਵੱਲੋਂ ਮੈਂ ਦਰਬਾਰ ਸਾਹਿਬ ਦੇ ਉਸ ਅਸਥਾਨ ਉੱਤੇ ਦੀਵਾ ਤਾਂ ਜਗਾਵਾਂ। ਇੰਨਾ ਪਿਆਰਾ ਹੁੰਦਾ ਸੀ ਦਰਬਾਰ ਸਾਹਿਬ। ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਦੀਵਾ ਜਗਾਉਣ ਗਿਆ। ਜਦੋਂ ਦੀਵਾ ਜਗਾਉਣ ਗਿਆ, ਉਹਨੂੰ ਜ਼ਾਲਮਾਂ ਨੇ ਜਦੋਂ ਦੀਵਾ ਜਗਿਆ ਉਦੋਂ ਉਸੇ ਵੇਲੇ ਉੱਥੇ ਭੁੰਨ ਕੇ ਰੱਖ ਦਿੱਤਾ। ਜਦੋਂ ਭੁੰਨ ਦਿੱਤਾ, ਉਹਦਾ ਇੱਕੋ ਇੱਕ ਪੁੱਤਰ ਸੀ, ਜਾਣ ਲੱਗਿਆ ਉੱਚੀ ਆਵਾਜ਼ ਦੇ ਇੱਕ ਗੱਲ ਕਹਿ ਗਿਆ, ਕਹਿੰਦਾ ਧੰਨ ਗੁਰੂ ਰਾਮਦਾਸ ਸੱਚੇ ਪਿਤਾ, ਤੇਰੇ ਦਰਬਾਰ ਦਾ ਅੱਜ ਮੇਰੇ ਕੋਲ ਜਿੰਦ ਜਾਣ ਸੀ, ਤੇਰੀ ਬਖਸ਼ੀ ਹੋਈ, ਅੱਜ ਮੈਂ ਚਿਰਾਗ ਜਗਾ ਚੱਲਾ, ਕੱਲ ਮੇਰੇ ਪੁੱਤਰ ਨੂੰ ਸੁਮਤ ਬਖਸ਼ੀ, ਉਹ ਤੇਰੇ ਦਰ ਤੇ ਚਿਰਾਗ ਜਗਾ ਦੇਵੇ, ਜਦੋਂ ਤੱਕ ਤੇਰੇ ਕੋਲ ਕਿਰਪਾ ਹੋਵੇਗੀ, ਰਹਿਮਤ ਵਰਸੇਗੀ, ਮੇਰਾ ਪੁੱਤਰ ਤੇਰੇ ਦਰ ਤੇ ਆਵੇਗਾ। ਦੂਜੇ ਦਿਨ ਉਹਦੇ ਪੁੱਤ ਨੇ ਜਾ ਕੇ ਜਦੋਂ ਚਿਰਾਗ ਜਗਾਇਆ, ਉਦੋਂ ਵੀ ਭਾਵੇਂ ਪਹਿਰਾ ਸਖਤ ਸੀ, ਉਹ ਆਪਣੀ ਜਿੰਦ ਤੇ ਖੇਡ ਕੇ ਗਿਆ। ਜਦੋਂ ਉਹਦੇ ਪੁੱਤ ਨੇ ਵੀ ਆ ਕੇ ਇਹ ਚਿਰਾਗ ਜਗਾਇਆ, ਉਦੋਂ ਉਹਨੂੰ ਵੀ ਪੁੰਨ ਦਿੱਤਾ। ਉਦੋਂ ਗੁਰੂ ਕੇ ਸਿੱਖ ਨੇ ਫਿਰ ਦੁਬਾਰੇ ਅਰਦਾਸ ਕੀਤੀ, ਗੁਰੂ ਰਾਮਦਾਸ ਸੱਚੇ ਪਿਤਾ, ਮੇਰਾ ਪਿਓ ਵੀ ਇਕੱਲਾ ਸੀ, ਉਹ ਜੋਤ ਜਗਾ ਗਿਆ, ਮੇਰੀ ਵੀ ਅੱਗੇ ਜ਼ਿੰਦਗੀ ਇਕੱਲੀ ਸੀ, ਮੈਂ ਜੋਤ ਜਗਾ ਚੱਲਾ, ਪਰ ਸੱਚੇ ਪਾਤਸ਼ਾਹ ਸਾਡੇ ਜੀਵਨ ਦੀਆਂ ਜੋਤਾਂ ਬੁੱਝ ਗਈਆਂ, ਤੇਰੇ ਘਰ ਦੀ ਜੋਤ ਜਗਦੀ ਰਵੇ, ਅੱਜ ਤੋਂ ਬਾਅਦ ਜੋਤ ਤੂੰ ਖੁਦ ਜਗਾਉਣੀ ਹੈ। ਗੁਰੂ ਕੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਜਾਨ ਵਾਰ ਕੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋ ਗਏ, ਪਰ ਆਪਣੇ ਆਪੇ ਤੋਂ ਨਹੀਂ ਵਾਰਿਆ, ਆਪਣੇ ਆਪੇ ਤੋਂ ਕਦੇ ਗੁਰੇਜ਼ ਨਹੀਂ ਕੀਤਾ, ਗੁਰੂ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋ ਗਏ। ਜਿਹੜੀ ਬੇਨਤੀ ਕਰਨੀ ਚਾਹੁੰਦਾ ਮੈਂ, ਸਿਰਫ ਇੱਕ ਝਲਕ ਤੁਹਾਡੇ ਨਾਲ ਸਾਂਝੀ ਕੀਤੀ ਹੈ, ਦਰਬਾਰ ਸਾਹਿਬ ਇੰਨਾ ਪਿਆਰਾ ਹੁੰਦਾ ਸੀ। ਬਾਬਾ ਦੀਪ ਸਿੰਘ ਨੂੰ ਜਾ ਕੇ ਇਹੋ ਗੱਲ ਕਹੀ ਸੀ ਨਾ ਵੀ ਤੇਰੇ ਦਰਬਾਰ ਸਾਹਿਬ ਦੀ ਬੇਅਦਬੀ ਕਰ ਦਿੱਤੀ ਗਈ, ਉਹ ਜਿੰਦ ਵਾਰਨ ਲਈ ਤਿਆਰ ਹੋ ਗਿਆ ਸੀ, ਆਪਣਾ ਆਪਾ ਸੀਸ ਤਲੀ ਤੇ ਰੱਖ ਕੇ ਗੁਰੂ ਚਰਨਾਂ ਵਿੱਚ ਆਇਆ। ਦਰਬਾਰ ਸਾਹਿਬ ਇੰਨਾ ਪਿਆਰਾ ਹੁੰਦਾ ਸੀ ਸਿੱਖ ਨੂੰ, ਅੱਜ ਉਸੇ ਦਰਬਾਰ ਸਾਹਿਬ ਤੋਂ ਸਿੱਖ ਟੁੱਟ ਗਿਆ। ਜਿਹੜੀ ਬੇਨਤੀ ਕਰਨਾ ਚਾਹੁੰਦਾ, ਭਾਈ ਮਨੀ ਸਿੰਘ ਹੋਰਾਂ ਨੂੰ ਆਖਿਰਕਾਰ ਇੱਥੇ 1733 ਦੇ ਵਿੱਚ ਜਦੋਂ ਇਹ ਫੈਸਲਾ ਹੋਇਆ, ਉਹਨਾਂ ਨੇ ਵਿਚਾਰ ਕੀਤੀ ਵੀ ਠੀਕ ਹੈ, ਅਸੀਂ ਇਹ ਪ੍ਰਬੰਧ ਕਰਨੇ ਹੈ ਤੇ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਗੁਰੂ ਕੇ ਸਿੱਖਾਂ ਦਾ ਇਕੱਠ ਕਰ ਲਓ। ਲਖਪਤ ਰਾਏ ਦੀ ਡਿਊਟੀ ਲੱਗੀ ਤੇ ਉਹਨਾਂ ਨੇ ਆਪਣੇ ਵੱਲੋਂ ਗੁਰੂ ਕੇ ਸਿੱਖਾਂ ਨੂੰ ਸੁਨੇਹੇ ਭੇਜੇ, ਸਾਰਾ ਪ੍ਰਬੰਧ ਕੀਤਾ ਗਿਆ ਅਤੇ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਇਕੱਠ ਕਰਨ ਵਾਸਤੇ ਸਾਰੀ ਤਿਆਰੀ ਹੋ ਗਈ। ਰੱਬ ਦਾ ਸਬੱਬ, ਜ਼ਾਲਮਾਂ ਨੇ ਦੂਰੀ ਗੋਂਦ ਗੁੰਦ ਲਈ, ਦੂਰੀ ਗੋਂਦ ਇਹ ਗੁੰਦ ਲਈ ਭਈ ਇੱਕ ਪਾਸੇ ਤਾਂ 10,000 ਰੁਪਈਆ ਲਵਾਂਗੇ, ਦੂਜੇ ਪਾਸੇ ਸਿੱਖ ਸਾਰੇ ਇਕੱਠੇ ਹੋ ਜਾਣਗੇ, ਇਕੱਲੇ ਇਕੱਲੇ ਨੂੰ ਲੱਭ ਕੇ ਮਾਰਨ ਦੀ ਬਜਾਏ ਇੱਥੇ ਸਾਰੇ ਇਕੱਠੇ ਹੋਣਗੇ, ਅਸੀਂ ਸਾਰਿਆਂ ਨੂੰ ਇੱਕੋ ਵਾਰੀ ਖਤਮ ਕਰ ਦਿਆਂਗੇ। ਕਿੰਨਾ ਚੰਗਾ ਹੋਵੇਗਾ ਜੇ ਕਿਤੇ ਇੱਕੋ ਵਾਰੀ ਖਤਮ ਕਰ ਦਈਏ, ਸਾਡਾ ਕੰਮ ਵੀ ਸੋਹਲਾ ਹੋ ਜਾਏਗਾ। ਉਹਨਾਂ ਪ੍ਰਬੰਧ ਕੀਤਾ, ਸਾਰੀ ਅੰਦਰੋਂ ਤਿਆਰੀ ਕਰ ਲਈ। ਰੱਬ ਦਾ ਸਬੱਬ, ਇਹ ਗੱਲ ਗੁਰੂ ਦੇ ਚਰਨਾਂ ਵਿੱਚ ਆ ਕੇ ਫਿਰ ਦੁਬਾਰੇ ਪਤਾ ਲੱਗ ਗਈ ਗੁਰੂ ਸਾਹਿਬ ਦੇ ਦਰ ਤੇ। ਭਾਈ ਮਨੀ ਸਿੰਘ ਹੋਰਾਂ ਨੂੰ ਗੱਲ ਦੀ ਸੂਹ ਮਿਲ ਗਈ ਭਾਈ ਇਵੇਂ ਗੁਰੂ ਕੇ ਸਿੱਖਾਂ ਨੂੰ ਸ਼ਹਾਦਤਾਂ ਦਾ ਜਾਮ ਪੀਣਾ ਪਵੇਗਾ, ਬੜਾ ਵੱਡਾ ਮੁੱਲ ਤਾਰਨਾ ਪਵੇਗਾ ਜੇ ਹਰਿਮੰਦਰ ਸਾਹਿਬ ਦੇ ਅੰਦਰ ਦੀਵਾਲੀ ਮਨਾਈ ਗਈ। ਭਾਈ ਮਨੀ ਸਿੰਘ ਹੋਰਾਂ ਨੇ ਫਿਰ ਦੁਬਾਰੇ ਚਿੱਠੀਆਂ ਕੱਢੀਆਂ ਭਾਈ ਨਹੀਂ, ਇਹ ਕੰਮ ਇਵੇਂ ਨਹੀਂ ਹੋ ਸਕਦਾ, ਇਹਨਾਂ ਜ਼ਾਲਮਾਂ ਦੀ ਨੀਅਤ ਬਦਨੀਤ ਹੈ ਤੇ ਕੱਲ ਇਹ ਕੁਝ ਵੀ ਕਰ ਸਕਦੇ ਨੇ, ਤੁਸੀਂ ਦਰਬਾਰ ਸਾਹਿਬ ਨਾ ਆਉਣਾ। ਗੁਰੂ ਕੇ ਸਿੱਖ ਨਾ ਆਏ, ਆਖਿਰਕਾਰ ਉਸ ਜੁਰਮਾਨਾ ਨਾ ਭਰਿਆ ਗਿਆ, ਨਾ ਭਰਿਆ ਗਿਆ ਤੇ ਉਹਨਾਂ ਨੇ ਆਪਣੇ ਵੱਲੋਂ ਫਿਰ ਕਹਿਰ ਕਰਨਾ ਚਾਹਿਆ। ਭਾਈ ਮਨੀ ਸਿੰਘ ਹੋਰਾਂ ਨੇ 1734 ਦੇ ਵਿੱਚ 1733 ਦੇ ਵਿੱਚ ਫੈਸਲਾ ਹੁੰਦਾ ਦੀਵਾਲੀ ਦਾ,
ਦੀਵਾਲੀ ਵੇਲੇ ਇਕੱਠ ਨਹੀਂ ਹੁੰਦਾ। ਭਾਈ ਮਨੀ ਸਿੰਘ ਹੋਰਾਂ ਬਚਨ ਕੀਤਾ ਵੀ ਵਿਸਾਖੀ ਤੇ ਸਾਨੂੰ ਫਿਰ ਇਕੱਠ ਕਰ ਲੈਣ ਦਿਓ ਤੇ ਤੁਸੀਂ ਆਪਣੇ ਵੱਲੋਂ ਨੀਯਤ ਬਦਨੀਤ ਨਾ ਕਰਿਓ, ਅਸੀਂ ਤੁਹਾਡੇ ਨਾਲ ਆਪਣੇ ਫੈਸਲੇ ਤੇ ਪੂਰੇ ਉਤਰਾਂਗੇ, ਕਿਉਂਕਿ ਸਾਡੇ ਗੁਰੂ ਦਾ ਬਚਨ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਕਹਿਣ ਲੱਗੇ ਇੱਥੇ ਸਾਡੇ ਤਾਂ ਗੁਰੂ ਦੇ ਘਰ ਵਿੱਚ ਇਹ ਬਚਨ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਿਥਿਆ ਰਾਹੀਂ ਰਸਨਾ ਪਰਸ, ਬ੍ਰਹਮ ਗਿਆਨੀ ਉਹ ਹੁੰਦਾ ਜਿਹੜਾ ਆਪਣੀ ਜ਼ਬਾਨ ਤੋਂ ਕਦੇ ਝੂਠ ਨਾ ਬੋਲੇ, ਤੇ ਇਸ ਲਈ ਅਸੀਂ ਕਦੇ ਝੂਠ ਨਹੀਂ ਕਵਾਂਗੇ ਤੁਹਾਨੂੰ। ਤੁਸੀਂ ਆਪਣੇ ਵੱਲੋਂ ਪ੍ਰਬੰਧ ਕਰ ਲਓ ਪਰ ਦੋਹਰੀ ਨੀਤੀ ਨਾ ਖੇਡੋ। 1734 ਦੀ ਵਿਸਾਖੀ ਵਾਸਤੇ ਫਿਰ ਦੁਬਾਰੇ ਪ੍ਰਬੰਧ ਕੀਤਾ ਗਿਆ, ਤੁਸੀਂ ਇੱਕ ਕਿਰਪਾ ਕਰੋ ਸਾਨੂੰ ਇੱਕ ਇਕੱਠ ਕਰ ਲੈਣ ਦਿਓ, ਅਸੀਂ ਤੁਹਾਡਾ ਓਨਾ ਹੀ 10,000 ਰੁਪਏ ਫਿਰ ਭਰਵਾ ਦੇਵਾਂਗੇ। ਫਿਰ ਦੁਬਾਰੇ ਪ੍ਰਬੰਧ ਹੋ ਗਿਆ, ਠੀਕ ਹੈ, ਹੁਕਮਨਾਮੇ ਭੇਜੇ ਗਏ, ਸਾਰਾ ਕੁਝ ਉਸੇ ਵੇਲੇ ਤਿਆਰੀ ਹੋ ਗਈ। ਤੇ ਜਦੋਂ ਰੱਬ ਦਾ ਸਬੱਬ ਵਰਤਿਆ, ਫਿਰ ਦੁਬਾਰੇ ਜ਼ਕਰੀਆ ਖਾਨ ਨੇ ਪ੍ਰਬੰਧ ਕਰ ਲਿਆ ਭਈ ਆਪਣੇ ਵੱਲੋਂ ਕੋਸ਼ਿਸ਼ ਕਰੀਏ ਵਿਸਾਖੀ ਤੇ ਇਕੱਠੇ ਹੋਏ ਸਿੱਖਾਂ ਨੂੰ ਫਿਰ ਮੌਤ ਦੇ ਘਾਟ ਉਤਾਰ ਦੇਈਏ। ਭਾਈ ਮਨੀ ਸਿੰਘ ਹੋਰਾਂ ਨੂੰ ਫਿਰ ਪਤਾ ਲੱਗਿਆ, ਉਸ ਗੁਰੂ ਕੇ ਪਿਆਰੇ ਨੇ ਫਿਰ ਦੁਬਾਰੇ ਆਪਣੇ ਵੱਲੋਂ ਸੁਨੇਹੇ ਭੇਜੇ, ਨਹੀਂ ਪਿਆਰਿਓ ਇਕੱਠੇ ਨਹੀਂ ਹੋਣਾ, ਸਿੱਖੀ ਦੀ ਇਸ ਦਾਤ ਨੂੰ ਜ਼ਾਲਮ ਨਹੀਂ ਜੇ ਪਾਉਂਦਾ, ਜ਼ਾਲਮ ਨਹੀਂ ਜੇ ਦੇਖਣਾ ਚਾਹੁੰਦਾ, ਉਹਨੂੰ ਨਹੀਂ ਜੇ ਪਾਉਂਦੀ ਇਹ ਦਾਤ। ਉਸ ਵੇਲੇ ਫਿਰ ਦੁਬਾਰੇ ਪ੍ਰਬੰਧ ਕੀਤਾ ਗਿਆ, ਆਖਿਰਕਾਰ ਜਦੋਂ ਇਹ ਨਾ ਕੁਝ ਹੋਇਆ ਤਾਂ ਉਸ ਵੇਲੇ ਭਾਈ ਮਨੀ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਨਾ ਜੁਰਮਾਨਾ ਭਰਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਜਦੋਂ ਗ੍ਰਿਫਤਾਰ ਕੀਤਾ ਉਦੋਂ ਇਹਦੇ ਨਾਲ ਦੇ ਪੁੱਤਰ ਵੀ ਨੇ ਤੇ ਨਾਲ ਕੁਝ ਪਰਿਵਾਰ ਦੇ ਹੋਰ ਵੀ ਮੈਂਬਰ ਨੇ। ਮੈਂ ਉਸ ਪਾਸੇ ਹੁਣ ਨਹੀਂ ਜਾਣਾ ਚਾਹੁੰਦਾ, ਆਪਣੀ ਗੱਲ ਵੱਲ ਚੱਲੀਏ। ਭਾਈ ਮਨੀ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚਲੇ ਗਏ, ਲਾਹੌਰ ਦੇ ਵਿੱਚ ਗਏ ਨੇ। ਲਾਹੌਰ ਵਿੱਚ ਜਾ ਕੇ ਉਹੀਓ 3 ਸਵਾਲ ਇਹਨਾਂ ਦੇ ਸਾਹਮਣੇ ਅੱਗੇ ਰੱਖੇ ਗਏ। ਪਹਿਲਾ ਸਵਾਲ, ਜੇ ਤੁਸੀਂ ਆਪਣੀ ਜਿੰਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਹੈ ਭਾਈ ਤੁਸੀਂ ਇੱਥੇ ਟੈਕਸ ਭਰ ਦਿਓ, ਗੱਲ ਖਤਮ ਹੋ ਜਾਏ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੁਣ ਇੱਥੇ, ਇਹਦਾ ਮਤਲਬ ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ, ਆਖਰ ਤਾਂ ਮੈਨੂੰ ਕਿਤੇ ਤਾਂ ਬੈਠ ਕੇ ਬੋਲਣਾ ਹੀ ਪੈਣਾ ਨਾ, ਦੇਹੀ ਹੈ ਕਿਤੇ ਤਾਂ ਬੈਠ ਕੇ ਬੋਲੇਗੀ ਨਾ, ਪਰ ਇਹਦਾ ਸੰਬੰਧ ਕੇਵਲ ਉੱਥੋਂ ਦੇ ਏਰੀਏ ਨਾਲ ਨਾ ਲਾ ਲੈਣਾ, ਇਹਦਾ ਸੰਬੰਧ ਸਮੁੱਚੀ ਸਿੱਖ ਕੌਮ ਨਾਲ ਹੈ, ਕਿਸੇ ਇੱਕ ਧੜੇ ਨਾਲ ਨਹੀਂ, ਕਿਸੇ ਇੱਕ ਕਮੇਟੀ ਨਾਲ ਨਹੀਂ, ਕਿਸੇ ਇੱਕ ਗੁਰਦੁਆਰੇ ਨਾਲ ਨਹੀਂ। ਇਹ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਉਹਦੇ ਵੱਲ ਖਿਆਲ ਕਰਿਓ। ਹੁਣ ਭਾਈ ਮਨੀ ਸਿੰਘ ਹੋਰਾਂ ਨੂੰ ਬਚਨ ਆਖਿਆ ਗਿਆ ਵੀ ਤੁਸੀਂ 10,000 ਰੁਪਈਆ ਤੇ ਇੱਕ ਸਰਕਾਰੀ ਖਜ਼ਾਨੇ ਜਮ੍ਹਾਂ ਕਰਵਾ ਲਿਓ ਤੇ ਤੁਹਾਨੂੰ ਛੱਡ ਦਿੱਤਾ ਜਾਏਗਾ। ਭਾਈ ਮਨੀ ਸਿੰਘ ਹੋਰਾਂ ਨੇ ਬਚਨ ਆਖੇ, ਕਹਿਣ ਲੱਗੇ ਪਿਆਰਿਓ ਗੁਰਸਿੱਖਾਂ ਦੀ 10-9 ਦੀ ਕਮਾਈ ਹੈ, 10,000 ਰੁਪਈਆ ਦੇਣਾ ਭਾਈ ਮਨੀ ਸਿੰਘ ਵਰਗੇ ਸਿੱਖ ਲਈ ਕੋਈ ਵੱਡੀ ਗੱਲ ਨਹੀਂ, ਜਿਹਦੇ ਇਸ਼ਾਰੇ ਤੇ ਕੌਮ ਜਿੱਦ ਮਾਰ ਸਕਦੀ ਹੈ, 10,000 ਰੁਪਈਆ ਕੁਛ ਵੀ ਨਹੀਂ। ਪਰ ਭਾਈ ਮਨੀ ਸਿੰਘ ਨਹੀਂ ਮੰਨੇ, ਗੁਰੂ ਘਰ ਦਾ ਇੱਕ ਦਮੜਾ ਵੀ ਮੈਂ ਤੁਹਾਡੇ ਸਰਕਾਰੀ ਖਜ਼ਾਨੇ ਜਮ੍ਹਾਂ ਨਹੀਂ ਕਰਵਾਵਾਂਗਾ, ਕਿਉਂਕਿ ਇੱਥੇ ਆ ਕੇ ਜਿਹੜੇ ਮੱਥਾ ਟੇਕਦੇ ਨੇ ਨਾ, ਉਹ ਬੜੀ 10-9 ਦੀ ਕਿਰਤ ਕਮਾਈ ਕਰਕੇ ਬੇਅਦ ਲੱਕ ਤੋੜਵੀਂ ਮਿਹਨਤ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਭੇਟਾ ਕਰਦੇ ਨੇ। ਮੈਂ ਇਹ ਪੈਸੇ ਨਹੀਂ ਤੁਹਾਨੂੰ ਦੇ ਸਕਦਾ, ਇਸ ਲਈ ਮੈਂ ਇਸ ਗੱਲ ਤੋਂ ਤਾਂ ਮਨੁੱਕਰ ਹੈ,
ਯਾਦ ਰੱਖਣ ਯੋਗ ਬਾਤ ਹੈ, ਅੱਜ ਸਾਡੀ ਕੌਮ ਦਾ ਬਹੁਤਾਤ ਥਾਵਾਂ ਦੇ ਉੱਤੇ ਪੈਸਾ ਸਰਕਾਰੀ ਵਕੀਲਾਂ ਦੇ ਕੋਲ ਜਾ ਰਿਹਾ। ਉਹ ਅੱਜ ਦੇ ਪ੍ਰਬੰਧਕੋ ਜਿੱਥੇ ਵੀ ਤੁਸੀਂ ਬੈਠੇ ਹੋ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਇਹ ਗੁਰੂ ਕੇ ਲਾਡਲਿਆਂ ਦਾ ਪੈਸਾ, ਗੋਲਕਾਂ ਦਾ ਪੈਸਾ ਸਰਕਾਰੀ ਖਜ਼ਾਨਿਆਂ ਵਿੱਚ ਜਮ੍ਹਾਂ ਨਾ ਕਰਵਾਵੋ। ਆਓ ਬੈਠ ਕੇ ਫੈਸਲੇ ਕਰ ਲਈਏ, ਕਿਉਂ ਸਿੱਖੀ ਦੀ ਜੜ ਪੁੱਟਣ ਲੱਗੇ ਹੋਏ ਹੋ ਆਪਣੇ ਹੱਥੀਂ। ਆਓ ਅੱਜ ਬੈਠ ਕੇ ਭਾਈ ਮਨੀ ਸਿੰਘ ਦੀ ਸ਼ਹਾਦਤ ਵੱਲ ਖਿਆਲ ਕਰਿਓ, ਅੱਜ ਦੇ ਪੈਸੇ ਉਜਾੜਨ ਵਾਲਿਓ। ਭਾਈ ਮਨੀ ਸਿੰਘ ਤੇ ਤਰਸ ਕਰਿਓ, ਅੱਜ ਦੇ ਪੈਸੇ ਉਜਾੜਨ ਵਾਲਿਓ। ਮੈਂ ਬੇਨਤੀ ਕਰਨੀ ਚਾਹੁੰਦਾ, ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰਾਂਗਾ। ਉਹਨੇ 10,000 ਰੁਪਇਆ ਦੇਣਾ ਨਾ ਮੰਨਿਆ, ਕਹਿਣ ਲੱਗੇ ਮੈਂ 10,000 ਰੁਪਇਆ ਨਹੀਂ ਦਿਆਂਗਾ। ਦੂਜਾ ਸਵਾਲ ਇਹ ਖੜਾ ਹੋਇਆ ਉਹਨਾਂ ਦੇ ਸਾਹਮਣੇ, ਉਹਨਾਂ ਦੇ ਕਈ, ਜਿਵੇਂ ਉਹਨਾਂ ਦਾ ਇੱਕ ਬੇਟਾ ਭੂਪਤ ਸਿੰਘ ਪਰਿਵਾਰ ਵਿੱਚੋਂ ਹੈ, ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜਿਉਂਦੇ ਦੀਆਂ ਅੱਖਾਂ ਕੱਢ ਕੇ ਭਾਈ ਮਨੀ ਸਿੰਘ ਦੇ ਸਾਹਮਣੇ ਬਿਠਾਇਆ ਗਿਆ, ਪਰ ਉਹਨੇ ਸੀ ਤੱਕ ਨਹੀਂ ਕੀਤੀ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ, ਇੱਕ ਵਾਰੀ ਫਿਰ ਗੱਲ ਦੁਹਰਾ ਦਿਆਂ, ਕੇਵਲ ਭਾਈ ਮਨੀ ਸਿੰਘ ਦਾ ਬੰਦ ਨਹੀਂ ਕੱਟਿਆ ਗਿਆ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਨਾ। ਮੈਂ ਤੇ ਹੈਰਾਨ ਹੈ, ਤੇਰੇ ਦਸ ਪੁੱਤ ਤੂੰ ਕਿਵੇਂ ਆਪਣੇ ਕੰਨਾਂ ਨਾਲ ਸੁਣਦਾ ਰਿਹਾ, ਜਦੋਂ ਤੈਨੂੰ ਇੱਕ ਵਾਰੀ ਮਿਲਿਆ ਹੋਏਗਾ ਸੁਨੇਹਾ, ਤੇਰਾ ਇੱਕ ਪੁੱਤ ਸ਼ਹੀਦ ਹੋ ਗਿਆ, ਪਤਾ ਨਹੀਂ ਤੇਰੇ ਕਿਹੋ ਜਿਹੇ ਕੰਨ ਨੇ, ਤੂੰ ਸ਼ੁਕਰ ਮਨਾਇਆ, ਤੇਰਾ ਦੂਜਾ ਪੁੱਤ ਸ਼ਹੀਦ ਹੋਇਆ, ਤੇਰਾ ਤੀਜਾ ਪੁੱਤ ਸ਼ਹੀਦ ਹੋਇਆ, ਤੇਰਾ ਚੌਥਾ ਪੁੱਤ ਸ਼ਹੀਦ ਹੋਇਆ, 10 ਪੁੱਤ ਨੇ, ਤੇਰੇ 10 ਦੇ 10 ਹੀ ਸ਼ਹੀਦ ਹੋ, ਤੇਰੇ ਕੰਨ ਕਾਹਦੇ ਬਣੇ ਹੋਏ ਨੇ, ਜਿਹਨੇ ਆਪਣੇ 10 ਪੁੱਤਰਾਂ ਦੀ ਮੌਤ ਆਪਣੀ ਜ਼ਿੰਦਗੀ ਚ ਸੁਣ ਲਈ, ਮੇਰੇ 10 ਦੇ 10 ਪੁੱਤਰ ਗੁਰੂ ਦੇ ਲੇਖੇ ਲੱਗ ਗਏ। ਭਾਈ ਮਨੀ ਸਿੰਘ ਦੇ ਜਿਉਂਦਿਆਂ ਜੀ ਉਹਦੇ ਪੁੱਤ ਸ਼ਹੀਦ ਹੋ ਚੁੱਕੇ ਨੇ। ਯਾਦ ਰੱਖਣ ਯੋਗ ਬਾਤ ਹੈ, ਕਿਹੋ ਜਿਹਾ ਗੁਰੂ ਕੇ ਸਿੱਖ ਹੋਵੇਗਾ ਉਹ, ਜਿਹਦੇ ਕੰਨ ਇਹੋ ਜਿਹੇ ਹੋਣਗੇ, ਜਿਹੜਾ ਆਪਣੇ ਭਰਾਵਾਂ ਦੇ ਵਿੱਚੋਂ ਆਪਣੇ ਵਾਰ ਵਾਰ ਪਰਿਵਾਰ ਦੇ 53 ਸ਼ਹੀਦ ਨੇ, ਕਿਵੇਂ ਕੰਨਾਂ ਨਾਲ ਗੱਲ ਸੁਣਦਾ ਰਿਹਾ ਹੋਵੇਗਾ ਵੀ ਮੇਰਾ ਆਹ ਵੀ ਸ਼ਹੀਦ ਹੋ ਗਿਆ, ਗੁਰੂ ਨੂੰ ਛੱਡ ਕੇ ਨਹੀਂ ਗਿਆ। ਅੱਜ ਆਪਾਂ ਧੰਨ ਹੈ ਜੇ ਗੁਰੂ ਕੋਲੋਂ ਇੱਕ ਚੀਜ਼ ਨਾ ਮਿਲੇ, ਦੇਹਧਾਰੀਆਂ ਦੇ ਡੇਰਿਆਂ ਤੇ ਭਟਕਣ ਲੱਗ ਪੈਂਦੇ ਹਾਂ, ਇੱਕ ਚੀਜ਼ ਨਾ ਮਿਲੇ। ਵੈਸੇ ਤਾਂ ਉਹਨਾਂ ਦਾ ਪ੍ਰਚਾਰ ਹੀ ਬਹੁਤ ਹੈ, ਸਿੱਖੀ ਦਾ ਪ੍ਰਚਾਰ ਤਾਂ ਕਰਦਾ ਹੀ ਕੌਣ ਹੈ, ਸਿੱਖੀ ਦਾ ਪ੍ਰਚਾਰ ਤਾਂ ਕੌਣ ਕਰਦਾ, ਉਹਨਾਂ ਦਾ ਪ੍ਰਚਾਰ ਵੈਸੇ ਹੀ ਬਥੇਰਾ। ਮੈਂ ਬੇਨਤੀ ਕਰਾਂ, ਅੱਜ ਕੌਣ ਹੈ ਗੁਰੂ ਕਾ ਸਿੱਖ ਜਿਹੜਾ ਆਪਣੇ ਆਪੇ ਦੀ ਇਵੇਂ ਗੁਰੂ ਦੇ ਚਰਨਾਂ ਨਾਲ ਸਨੇਹ ਕਰੇ। ਅੱਜ ਤੇ ਅਸੀਂ ਇੱਕ ਚੀਜ਼ ਨਾ ਮਿਲੇ, ਗੁਰੂ ਨੂੰ ਛੱਡ ਕੇ ਚਲੇ ਜਾਂਦੇ ਹਾਂ। ਭਾਈ ਮਨੀ ਸਿੰਘਾ, ਤੇਰੀ ਜ਼ਿੰਦਗੀ ਧੰਨ ਹੈ, ਇੰਨੇ ਪੁੱਤ ਵਾਰ ਕੇ ਵੀ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਅੱਜ ਉਹ ਲਾਹੌਰ ਦੇ ਕੈਦ ਖਾਨੇ ਵਿੱਚ ਕੈਦ ਹੈ। ਜ਼ਾਲਮ ਨੇ ਆਖਿਰਕਾਰ ਆਪਣੇ ਵੱਲੋਂ ਵਚਨ ਕੀਤਾ, ਹੁਕਮ ਹੋਇਆ ਭਾਈ ਮਨੀ ਸਿੰਘ ਦਾ ਬੰਦ ਘੱਟ ਦਿਓ। ਕਹਿਣ ਲੱਗੇ ਠੀਕ ਹੈ, ਬੰਦ ਘੱਟ ਦਿਓ। ਗੱਲ ਪ੍ਰਵਾਨ ਕਰ ਲਈ। ਹੁਣ ਇੱਥੇ ਥੋੜਾ ਜਿਹਾ ਰੁਕਣ ਦੀ ਲੋੜ ਹੈ। ਇਹ ਪ੍ਰਾਪਤੀ ਐਵੇਂ ਨਹੀਂ ਹੁੰਦੀ ਪਿਆਰ ਵਾਲਿਓ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਜਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਖੀ ਨੇ ਬੜੇ ਇਗਜ਼ਾਮ ਦਿੱਤੇ ਨੇ, ਸਿੱਖੀ ਨੇ ਬੜੀ ਪ੍ਰੀਖਿਆ ਦਿੱਤੀ ਹੈ। ਅੱਜ ਸਾਡੇ ਵਰਗੇ ਲੋਕਾਂ ਦੇ ਆਸਰੇ ਨਹੀਂ ਸਿੱਖੀ ਖਲੋਤੀ, ਜਾਂ ਜਿਹੜੇ ਅੱਜ ਲੰਮੇ ਚੋਲੇ ਪਾਈ ਫਿਰਦੇ ਨੇ ਮੇਰੇ ਵਰਗੇ, ਉਹਨਾਂ ਦੇ ਆਸਰੇ ਸਿੱਖੀ ਨਹੀਂ ਜੇ ਖਲੋਤੀ।
ਉਹਨਾਂ ਦੇ ਆਸਰੇ ਸਿੱਖੀ ਨਹੀਂ ਜੇ ਖਲੋਤੀ, ਸਿੱਖੀ ਤਾਂ ਉਹਨਾਂ ਦੇ ਆਸਰੇ ਖਲੋਤੀ ਜਿਹਨਾਂ ਨੇ ਇਵੇਂ ਜੀਵਨ ਬਾਰੇ ਹੋਏ ਨੇ, ਜ਼ਿੰਦਗੀਆਂ ਵਾਰੀਆਂ ਹੋਈਆਂ ਨੇ, ਪਰਿਵਾਰ ਦੇ ਪਰਿਵਾਰ ਬਾਰੇ ਹੋਏ ਨੇ ਸਾਰੇ ਦੇ ਸਾਰੇ, ਆਪਾਂ ਵਾਰਿਆ ਹੋਇਆ। ਮੈਂ ਨੇੜੇ ਕਰਾਂ ਗੱਲ ਨੂੰ, ਸਮਾਂ ਨੇੜੇ ਹੋ ਗਿਆ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਅੱਜ ਗੁਰੂ ਦੇ ਚਰਨਾਂ ਵਿੱਚ ਰੱਬੀ ਬਾਣੀ ਪੜ੍ਹਨ ਵਾਲੇ ਨੂੰ ਇੱਕ ਬਚਨ ਆਖਿਆ ਜਲਾਦ ਨੇ, ਜਦੋਂ ਹੁਕਮ ਹੋਇਆ ਤੇਰਾ ਬੰਦ ਬੰਦ ਕੱਟਣਾ, ਉਦੋਂ ਉਸ ਵੇਲੇ ਬਚਨ ਹੋਇਆ ਭਾਈ ਮਨੀ ਸਿੰਘ ਹੋਰਾਂ ਨੂੰ, ਅੱਜ ਉਹ ਸਾਹਮਣੇ ਬੈਠਾ ਲਾਹੌਰ ਦੇ ਵਿੱਚ। ਕਿਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਆਖਿਆ ਸੀ ਲਾਹੌਰ ਦੇ ਬਾਰੇ ਵਿੱਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ, ਉਹਦਾ ਅਰਥ ਹੈ, ਇਹ ਸਲੋਕ ਹੈ 12 ਤੇ ਵਧੀਕ ਵਿੱਚ, ਇਹਦਾ ਅਰਥ ਹੈ ਲਾਹੌਰ ਸ਼ਹਿਰ, ਜਿਹੜਾ ਲਾਹੌਰ ਸ਼ਹਿਰ ਹੈ ਨਾ, ਉਸ ਵੇਲੇ ਪੰਜਾਬ 'ਚ ਹੁੰਦਾ ਸੀ, ਅੱਜ ਪਾਕਿਸਤਾਨ 'ਚ ਹੈ, ਉਸ ਵੇਲੇ ਹਿੰਦੁਸਤਾਨ ਦਾ ਹਿੱਸਾ ਸੀ। ਲਾਹੌਰ ਸ਼ਹਿਰ ਜ਼ਹਿਰ ਕਹਿਰ, ਜ਼ਹਿਰ ਕਹਿਰ, ਉੱਥੇ ਜ਼ਹਿਰ ਵਰਤਦੀ ਤੇ ਕਹਿਰ ਹੁੰਦਾ, ਨਿੱਤ ਦਿਹਾੜੇ ਪਸ਼ੂਆਂ ਨੂੰ ਮਾਰਿਆ ਜਾਂਦਾ, ਉੱਥੇ ਨਿੱਤ ਦਿਹਾੜੇ ਕਹਿਰ ਵਰਤਦਾ। ਮੈਂ ਹੈਰਾਨ ਹੁੰਦਾ, ਜਿਹੜੇ ਗੁਰੂ ਨੇ ਉੱਥੇ ਆਪਣੀ ਅੱਖ ਨਾਲ ਪਸ਼ੂਆਂ ਨੂੰ ਮਰਦਿਆਂ ਦੇਖ ਕੇ ਜ਼ਹਿਰ ਕਹਿਰ ਕਹਿ ਦਿੱਤਾ, ਲੇਕਿਨ ਧੰਨ ਹੈ ਉਹੀਓ ਗੁਰੂ, ਉਸੇ ਲਾਹੌਰ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਉਸੇ ਲਾਹੌਰ ਦੇ ਵਿੱਚ ਗੁਰੂ ਕੀਆਂ ਸਿੱਖਣੀਆਂ ਨੇ ਆਪਣੇ ਗਲ ਵਿੱਚ, ਆਪਣੇ ਬੱਚਿਆਂ ਦੇ ਟੋਟਿਆਂ ਦੇ ਗਲ ਵਿੱਚ ਹਾਰ ਪਵਾ ਲਏ, ਲੇਕਿਨ ਉਸੇ ਲਾਹੌਰ ਨੇ ਇੰਨਾ ਕਹਿਰ ਕੀਤਾ, ਗੁਰੂ ਨੇ ਮੁੜ ਕੇ ਨਹੀਂ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ। ਕਹਿਣ ਲੱਗੇ ਨਹੀਂ, ਇਹ ਲਾਹੌਰ ਸ਼ਹਿਰ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਬਣਾ ਦੇਣਾ, ਉਦੋਂ ਘਰ ਬਣਾ ਦੇਣਾ ਜਦੋਂ ਇਹ ਲਾਹੌਰ ਦੇ ਵਿੱਚ ਪਸ਼ੂਆਂ ਦਾ ਖੂਨ ਨਹੀਂ ਡੁੱਲੇਗਾ, ਇੱਥੇ ਗੁਰੂ ਕੇ ਸਿੱਖਾਂ ਦਾ ਪਵਿੱਤਰ ਖੂਨ ਡੁੱਲੇਗਾ, ਲਾਹੌਰ ਸ਼ਹਿਰ ਨੂੰ ਪਵਿੱਤਰ ਬਣਾ ਦੇਣਾ। ਲਾਹੌਰ ਸ਼ਹਿਰ ਨਾਲ ਬੜੀਆਂ ਯਾਦਾਂ ਨੇ ਸਿੱਖੀ ਦੀਆਂ, ਮੈਂ ਉਸ ਪਾਸੇ ਨਹੀਂ ਜਾਣਾ, ਬੜਾ ਇਹ ਲਾਹੌਰ ਦੇ ਨਾਲ ਸਾਡੇ ਜੀਵਨ ਦੀ ਸੰਬੰਧਿਤ ਦਾਤ ਹੈ, ਪਰ ਮੈਂ ਬੇਨਤੀ ਕਰਨਾ ਚਾਹੁੰਦਾ, ਇਸੇ ਹੀ ਲਾਹੌਰ ਦੇ ਵਿੱਚ ਅੱਜ ਭਾਈ ਮਨੀ ਸਿੰਘ ਨੂੰ ਇੱਕ ਬਚਨ ਕੀਤਾ, ਇਹਦਾ ਬੰਦ ਬੰਦ ਕੱਟਿਆ ਜਾਣਾ। ਕਹਿਣ ਲੱਗੇ ਠੀਕ ਹੈ, ਬੰਦ ਬੰਦ ਕਟਵਾਉਣ ਲਈ ਗੁਰੂ ਕਾ ਸਿੱਖ ਹਾਜ਼ਰ ਹੋ ਗਿਆ ਬੈਠਾ। ਜਲਾਦ ਨੇ ਆਪਣੇ ਵੱਲੋਂ ਅੱਖਾਂ ਮਿਟੀਆਂ ਹੋਈਆਂ ਨੇ, ਗੁਰੂ ਕੇ ਸਿੱਖ ਨੇ ਅੱਖਾਂ ਮਿਟੀਆਂ ਹੋਈਆਂ ਨੇ। ਜਲਾਦ ਨੇ ਪਹਿਲਾ ਗੰਡਾਸਾ, ਇਤਿਹਾਸ ਵਿੱਚ ਇਹ ਗੱਲ ਬੜੀ ਵਿਦਤ ਹੈ, ਬੜੀ ਪ੍ਰਸਿੱਧ ਹੈ ਗੱਲ, ਆਮ ਕਰਕੇ ਮੌਤ ਤੋਂ ਲੋਕ ਡਰ ਜਾਂਦੇ ਨੇ, ਅੱਜ ਇਹਦੇ ਗੰਡਾਸਾ ਗੁੱਟ ਦੇ ਉੱਤੇ ਰੱਖਿਆ। ਜਲਾਦ ਨੇ ਵੇਖਿਆ ਇਹਦਾ ਕਿਵੇਂ ਬੰਦ ਬੰਦ ਕੱਟਿਆ ਜਾਏਗਾ। ਭਾਈ ਮਨੀ ਸਿੰਘ ਦੀ ਉਸ ਵੇਲੇ ਉਮਰ 90 ਸਾਲ ਹੈ, ਯਾਦ ਰੱਖਣ ਯੋਗ ਬਾਤ ਹੈ, ਭਾਈ ਮਨੀ ਸਿੰਘ ਦੀ ਉਸ ਵੇਲੇ ਉਮਰ 90 ਸਾਲ ਦੀ ਹੈ। 90 ਸਾਲਾਂ ਦੀ ਟੋਟਲੀ ਉਮਰ ਵਿੱਚੋਂ 77 ਸਾਲ 77 ਸਾਲ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨੇ, 77 ਸਾਲ ਗੁਰੂ ਦੀ ਗੋਦ ਵਿੱਚ ਜੀਵਿਆ ਗੁਰੂ ਕਾ ਪਿਆਰਾ, ਜਿਹੜੀ ਬਾਕੀ ਜ਼ਿੰਦਗੀ ਗੁਰੂ ਤੋਂ ਗੋਦ ਤੋਂ ਲਾਮੇ ਵੀ ਜ਼ਿੰਦਗੀ ਗੁਜ਼ਾਰੀ ਉਹਨੇ, ਉਹ ਵੀ ਗੁਰੂ ਦੇ ਭਾਣੇ ਵਿੱਚ ਹੀ ਗੁਜ਼ਾਰੀ ਹੈ, ਗੱਲ ਵੱਖਰੀ ਹੈ। 77 ਸਾਲ ਗੁਰੂ ਚਰਨਾਂ ਵਿੱਚ ਰਿਹਾ, ਅੱਜ 90 ਸਾਲ ਦਾ ਇੱਕ ਬਜ਼ੁਰਗ ਬੰਦ ਬੰਦ ਆਪਣੀ ਕੌਮ ਕਟਵਾ ਆਪਣੀ ਕੌਮ ਲਈ ਕਟਵਾਉਣ ਲਈ ਬੈਠਾ, ਉਹਦੇ ਜਲਾਦ ਨੇ ਤਰਸ ਕੀਤਾ ਉਹਦੀ ਬਜ਼ੁਰਗੀ ਉਮਰ ਦੇ ਉੱਤੇ, ਇੰਨੀ ਵਾਰੀ ਮੌਤ ਦਾ ਸੁਨੇਹਾ ਸੁਣਨ ਵਾਲੇ ਆ, ਮੈਨੂੰ ਤੇਰੇ ਤੇ ਤਰਸ ਆਉਂਦਾ, ਪਹਿਲਾ ਗੰਡਾਸਾ ਗੁੱਟ ਉੱਤੇ ਰੱਖਿਆ, ਜਦੋਂ ਹਜੇ ਗੰਡਾਸਾ ਛੂਹਿਆ, ਹਜੇ ਲਾਇਆ ਨਹੀਂ ਗੰਡਾਸਾ, ਵੱਢਿਆ ਨਹੀਂ ਹਜੇ, ਹਜੇ ਟੱਕ ਵੱਜਿਆ ਨਹੀਂ, ਹਜੇ ਕੇਵਲ ਛੂਹਿਆ। ਭਾਈ ਮਨੀ ਸਿੰਘ ਨੇ ਅੱਖਾਂ ਖੋਲ ਲਈਆਂ, ਕਹਿੰਦੇ ਸਜਣਾ ਕੀ ਕਰਨ ਲੱਗਾ, ਸਜਣਾ ਕੀ ਕਰਨ ਲੱਗਾ। ਕਹਿਣ ਲੱਗੇ ਤੇਰਾ ਬੰਦ ਬੰਦ ਕੱਟਣ ਦਾ ਹੁਕਮ ਹੈ, ਪਰ ਮੈਨੂੰ ਤੇਰੇ ਤੇ ਤਰਸ ਆ ਗਿਆ, ਮੈਨੂੰ ਤੇਰੇ ਤੇ ਤਰਸ ਆ ਗਿਆ। ਉਹ ਸੱਜਣਾ, ਤੇਰਾ ਕਦੋਂ ਇੱਕ ਇੱਕ ਬੰਦ
ਬੰਦ ਕਹਿੰਦੇ ਨੇ ਅੱਜ ਦੀ ਭਾਸ਼ਾ ਵਿੱਚ ਮੈਂ ਕਹਿੰਦੇ ਹਾਂ ਜੋੜ, ਇੱਕ ਇੱਕ ਜੋੜ ਤੋਂ ਕੱਟਣਾ, ਇੱਕ ਇੱਕ ਜੁਆਇੰਟ ਤੋਂ ਵੱਖਰਾ ਵੱਖਰਾ ਕਰਨਾ ਹੈ। ਹੁਣ ਉਂਗਲੀ ਵਿੱਚ ਹੀ ਤਿੰਨ ਜੁਆਇੰਟ ਹੁੰਦੇ ਨੇ, ਤਿੰਨ ਜੋੜ ਨੇ, ਇੱਕ ਇੱਕ ਤੇਰਾ ਬੰਦ ਬੰਦ, ਇੱਕ ਇੱਕ ਤੇਰਾ ਜੋੜ ਜੋੜ ਤੇ ਟੱਕ ਮਾਰ ਮਾਰ ਕੇ ਮੈਂ ਵੱਖਰਾ ਕਰਨਾ, ਮੈਨੂੰ ਹੁਕਮ ਇਹ ਹੋਇਆ। ਤੇ ਇੰਨਾ ਤੇਰੇ ਕੋਲੋਂ ਸਹਾਰਿਆ ਨਹੀਂ ਜਾਣਾ ਭਾਈ ਮਨੀ ਸਿੰਘਾ, ਮੇਰਾ ਜੀ ਕੀਤਾ ਤੇਰੇ ਕੋਲੋਂ ਪਹਿਲਾਂ ਗੁੱਟ ਤੇ ਮੈਂ ਗੰਡਾਸਾ ਰੱਖ ਕੇ ਇੱਕ ਵਾਰੀ ਵੱਢਦੇ ਆ ਤੈਨੂੰ, ਤੇ ਤੇਰੀ ਜ਼ਿੰਦਗੀ ਸੁਹੇਲੀ ਹੋ ਜਾਏ। ਭਾਈ ਮਨੀ ਸਿੰਘ ਹੋਰਾਂ ਨੇ ਬਚਨ ਆਖੇ, ਉਹ ਕਹਿੰਦੇ ਸੱਜਣਾ ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣ, ਮੈਨੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣਨ ਦੇ। ਜਲਾਦ ਨੇ ਰੁਕ ਗਿਆ, ਅਸਚਰਜ ਹੋ ਗਿਆ, ਅੰਦਰ ਤੱਕ ਕੰਬ ਗਿਆ। ਉਹ ਕਹਿੰਦਾ ਤੈਨੂੰ ਬੰਦ ਬੰਦ ਕਟਵਾਉਣ ਵਿੱਚ ਵੀ ਆਨੰਦ ਹੈ, ਕਮਾਲ ਹੈ। ਤੂੰ ਮੈਨੂੰ ਕਹਿੰਦਾ ਤੂੰ ਮੇਰਾ ਬੰਦ ਬੰਦ ਕੱਟ, ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣ, ਤੇ ਮੈਨੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣਨ, ਤੇ ਤੈਨੂੰ ਬੰਦ ਬੰਦ ਕਟਵਾਉਣ ਵਿੱਚ ਵੀ ਆਨੰਦ ਹੈ। ਭਾਈ ਮਨੀ ਸਿੰਘ ਆਖਿਆ, ਕਹਿੰਦੇ ਨਹੀਂ ਭਲਿਆ, ਜੇ ਕਿਤੇ ਤੂੰ ਮੇਰੇ ਗੁਰੂ ਦੇ ਦੀਦਾਰ ਕਰੇ ਤੇ ਗੁਰੂ ਦੇ ਦਰਸ਼ਨ ਕਰੇ, ਤੈਨੂੰ ਪਤਾ ਲੱਗੇਗਾ ਆਨੰਦ ਕੀ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੀ ਪਿਆਰਿਆ, ਕਰ ਕਿਰਪਾ, ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ। ਇਹ ਹੈ ਆਨੰਦ, ਜਿਹੜਾ ਸਿਰ ਦੁਖੇ ਤੋਂ ਆਨੰਦ ਖਤਮ ਹੋ ਜਾਏ ਉਹ ਆਨੰਦ ਨਹੀਂ, ਜਿਹੜਾ ਪੁੱਤ ਦਾ ਵਿਛੋੜਾ ਪੈ ਜਾਏ ਆਨੰਦ ਖਤਮ ਹੋ ਜਾਏ ਉਹ ਆਨੰਦ ਨਹੀਂ, ਇਹ ਉਹ ਆਨੰਦ ਹੈ ਭਾਈ ਮਨੀ ਸਿੰਘ ਦਾ, ਜਿਹੜਾ ਬੰਦ ਬੰਦ ਕਟਵਾਉਣ ਲੱਗਿਆਂ ਵੀ ਆਨੰਦ 'ਚ ਬੈਠਾ ਹੈ, ਆਨੰਦ 'ਚ ਬੈਠਾ ਹੈ। ਜਲਾਦ ਨੇ ਬਚਨ ਆਖੇ, ਮੈਨੂੰ ਤਰਸ ਆਇਆ ਤੇਰੇ 'ਤੇ, ਮੈਂ ਤੇਰਾ ਬੰਦ ਬੰਦ ਨਾ ਕੱਟਾ। ਕਹਿੰਦੇ ਨਹੀਂ, ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ, ਮੈਨੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਬੰਦ ਬੰਦ ਕਟਵਾਉਣ ਦੇ, ਮੇਰਾ ਬੰਦ ਬੰਦ ਕੱਟ। ਇੱਕ ਗੱਲ ਹੁਣ ਜਲਾਦ ਫਿਰ ਪੁੱਛਦਾ, ਬਹੁਤ ਧਿਆਨ ਦੇਣ ਯੋਗ ਬਾਤ ਹੈ, ਇਹ ਰਤਨ ਸਿੰਘ ਭੰਗੂ ਨੇ ਜ਼ਿਕਰ ਕੀਤਾ ਇਸ ਗੱਲ ਦਾ। ਜਲਾਦ ਇੱਕ ਗੱਲ ਪੁੱਛਦਾ, ਭਾਈ ਮਨੀ ਸਿੰਘਾ ਤੂੰ ਮੈਨੂੰ ਇਹ ਦੱਸ, ਤੂੰ ਆਪਣੇ ਮੁਰਸ਼ਦ ਦੀ, ਤੂੰ ਆਪਣੇ ਗੁਰੂ ਦੀ ਕਦੇ ਬਾਣੀ ਪੜ੍ਹੀ ਹੈ? ਏਡਾ ਤੂੰ ਲਾਡਲਾ ਸਿੱਖ ਲੱਗਦਾ, ਤੂੰ ਕਦੇ ਬਾਣੀ ਪੜ੍ਹੀ ਹੈ? ਭਾਈ ਮਨੀ ਸਿੰਘ ਹੋਰਾਂ ਨੇ ਹੱਥ ਜੋੜੇ, ਕਹਿਣ ਲੱਗੇ ਸੱਜਣਾ ਮੇਰੇ ਸਤਿਗੁਰੂ ਨੇ ਏਡੀ ਰਹਿਮਤ ਬਖਸ਼ੀ ਹੈ ਇਸ ਕਾਇਆਂ ਦੇ ਉੱਤੇ, ਇਹਨਾਂ ਅੱਖਾਂ ਨੇ ਗੁਰੂ ਦੀ ਬਾਣੀ ਦਾ ਅੱਖਰ ਅੱਖਰ ਦੇਖਿਆ ਹੋਇਆ ਹੈ, ਇਹਨਾਂ ਅੱਖਾਂ ਨੇ ਗੁਰੂ ਕੀ ਬਾਣੀ ਦਾ ਅੱਖਰ ਅੱਖਰ ਦੇਖਿਆ ਹੋਇਆ ਹੈ, ਇਹਨਾਂ ਹੱਥਾਂ ਨੇ ਜਿਹਦਾ ਤੂੰ ਬੰਦ ਬੰਦ ਕੱਟਣ ਲੱਗੇ ਹੈ, ਇਹ ਇੰਨੇ ਪਵਿੱਤਰ ਤਾਂ ਹੀ ਨੇ, ਕੌਮ ਦੇ ਲੇਖੇ ਤਾਂ ਹੀ ਲੱਗਣ ਲੱਗੇ ਨੇ, ਇਹ ਜਿਹੜੇ ਹੱਥਾਂ ਨੂੰ ਤੂੰ ਕੱਟਣ ਲੱਗੇ ਆ ਨਾ, ਇਹਨਾਂ ਹੱਥਾਂ ਨੇ ਇੱਕ ਇੱਕ ਅੱਖਰ ਲਿਖਿਆ ਹੋਇਆ ਗੁਰੂ ਕੀ ਬਾਣੀ ਦਾ। ਆ ਜਿਹੜੀ ਜ਼ੁਬਾਨ ਹੈ ਨਾ ਮੇਰੀ, ਇਹਨੇ ਇੱਕ ਇੱਕ ਅੱਖਰ ਗੁਰੂ ਕੀ ਬਾਣੀ ਦਾ ਬੋਲਿਆ ਹੋਇਆ। ਤੂੰ ਕਹਿੰਦਾ ਬਾਣੀ ਪੜ੍ਹੀ ਹੈ, ਮੈਨੂੰ ਸਤਿਗੁਰੂ ਨੇ ਸਮੁੱਚੀ ਬਾਣੀ ਜਿਹੜੀ ਰੱਬੀ ਬਾਣੀ ਦੇ ਬਚਨ ਨੇ ਸਾਰੇ ਲਿਖਣ ਦਾ ਮੌਕਾ ਦਿੱਤਾ, ਸਾਰੇ ਬਾਣੀ ਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ, ਸਾਰੀ ਬਾਣੀ ਦੀ ਕਥਾ ਸੁਣਨ ਦਾ ਮੌਕਾ ਮਿਲਿਆ, ਸਾਰੀ ਬਾਣੀ ਨੂੰ ਪੜ੍ਹਨ ਦਾ ਮੌਕਾ ਮਿਲਿਆ, ਸਾਰੀ ਬਾਣੀ ਨੂੰ ਲਿਖਣ ਦਾ ਮੌਕਾ ਮਿਲਿਆ, ਤੂੰ ਕਿਹੜੀ ਗੱਲ ਪੁੱਛਣਾ ਚਾਹੁੰਦਾ ਸੱਜਣਾ? ਉਹਨੇ ਬਚਨ ਆਖੇ, ਕਹਿੰਦੇ ਜੇ ਤੂੰ ਆਪਣੇ ਗੁਰੂ ਦੀ ਏਡੀ ਬਾਣੀ ਪੜ੍ਹੀ ਹੈ ਤੂੰ ਮੈਨੂੰ ਇਹ ਦੱਸ, ਤੇਰਾ ਗੁਰੂ ਤਾਂ ਇਹ ਕਹਿੰਦਾ ਵੀ ਮਨੁੱਖਾ ਜਾਮਾ 84 ਲੱਖ ਜੂਨ ਤੋਂ ਬਾਅਦ ਬੜਾ ਔਖਾ ਮਿਲਦਾ, ਤੇਰੇ ਗੁਰੂ ਦੇ ਬਚਨ ਤਾਂ ਇਹ ਨੇ। ਭਾਈ ਮਨੀ ਸਿੰਘ ਹੋਰਾਂ ਜਿਹੜਾ ਜਵਾਬ ਦਿੱਤਾ ਸੀ ਨਾ, ਉਹ ਬਹੁਤ ਧਿਆਨ ਦੇਣ ਯੋਗ ਬਾਤ ਹੈ, ਰਤਨ ਸਿੰਘ ਭੰਗੂ ਦੇ ਸ਼ਬਦ ਨੇ ਇਹ। ਉਹਨਾਂ ਬਚਨ ਆਖਿਆ, ਕਹਿਣ ਲੱਗੇ ਸੱਜਣਾ ਇਹ ਤੇ ਤੂੰ ਪੜ੍ਹ ਲਿਆ, ਇਹ ਤੇ ਤੂੰ ਸੁਣ ਲਿਆ ਹੋਏਗਾ ਕਿਸੇ ਕੋਲੋਂ ਭਈ ਇੰਨੇ ਔਖੇ ਸਮੇਂ ਤੋਂ ਬਾਅਦ ਮਨੁੱਖਾ ਦੇਹੀ ਮਿਲਦੀ ਹੈ, ਪਰ ਤੂੰ ਕਿਤੇ ਇਹ ਵੀ ਪੜ੍ਹਿਆ ਭਈ ਉਸ ਮਨੁੱਖਾ ਦੇਹੀ ਜਿਹੜੀ 84 ਲੱਖ ਤੋਂ ਬਾਅਦ ਵਿੱਚ ਮਿਲੇਗੀ ਮੰਨ ਲਓ, ਤੇ ਉਸ ਤੋਂ ਬਾਅਦ ਵੀ ਜਿਹੜੀ ਮਨੁੱਖਾ ਦੇਹੀ ਮਿਲੇਗੀ ਉਦੋਂ ਸਿੱਖੀ ਵੀ ਮਿਲ ਜਾਏਗੀ, ਇਹ ਤੂੰ ਕਿਤੇ ਪੜ੍ਹਿਆ?
ਉਹ ਕਮਲਿਆ ਦੇਹੀ ਕਿਹਦੀ ਹੈ? ਮੇਰੀ ਸਿੱਖੀ ਸਾਬਤ ਰਹਿ ਜਾਏ, ਦੇਹੀ ਕਿਹਦੀ ਹੈ? ਮੈਨੂੰ ਦੇਹੀ ਦੀ ਪਰਵਾਹ ਨਹੀਂ, ਮੈਂ ਦੇਹੀ ਤਾਂ 84 ਲੱਖ ਬਾਅਦ ਜੇ ਤੂੰ ਕਹਿਣਾ ਫੇਰ ਮਿਲ ਜਾਏਗੀ, ਪਰ ਸੱਜਣਾ ਦੁਬਾਰੇ ਸਿੱਖੀ ਨਹੀਂ ਮਿਲਣੀ। ਮੇਰੀ ਇਸ ਕਾਇਆ ਦੇ ਬੰਦ ਬੰਦ ਕੱਟ ਦੇ, ਪਰ ਮੇਰੀ ਸਿੱਖੀ ਦਾ ਬੰਦ ਬੰਦ ਨਾ ਹੋਣ ਦਮੀ ਤੂੰ ਮੇਰੀ ਕਾਇਆ ਦਾ ਬੰਦ ਬੰਦ ਕੱਟ ਦੇ। ਮੇਰੀ ਸਿੱਖੀ ਦਾ ਬੰਦ ਬੰਦ ਨਾ ਹੋਣ ਦਮੀ, ਮੇਰੀ ਸਿੱਖੀ ਦੇ ਟੋਟੇ ਨਾ ਹੋਣ ਦਮੀ, ਮੇਰੇ ਬੰਦ ਬੰਦ ਕੱਟ ਦੇ। ਅੱਜ ਭਾਈ ਮਨੀ ਸਿੰਘ ਹੋਰਾਂ ਬਚਨ ਆਖੇ, ਰਤਨ ਸਿੰਘ ਭੰਗੂ ਦੇ ਸ਼ਬਦ ਨੇ, ਮੈਂ ਕਹਿਣ ਲੱਗਾ ਸਾਂ, ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ। ਦੇਹੀ ਕਿਹਦੀ ਵਿਚਾਰੀ ਹੈ ਜੇ ਸਿੱਖੀ ਵੱਜ ਜਾਏ? ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ। ਦੇਹੀ ਤੋਂ ਆਵਨ ਜਾਨ ਹੈ, ਸਿੱਖੀ ਲੱਭ ਹੈ ਕਬ ਕੋਏ। ਉਹ ਦੇਹੀ ਤਾਂ ਆਉਣੀ ਜਾਣੀ, ਕਦੇ ਨਾ ਕਦੇ ਫਿਰ ਮਿਲ ਜਾਏਗੀ, ਪਰ ਜਿਹੜੀ ਸਿੱਖੀ ਹੈ, ਸਿੱਖੀ ਲੱਭ ਹੈ ਕਬ ਕੋਏ। ਸਿੱਖੀ ਤਾਂ ਬੜੀ ਔਖੀ ਮਿਲਦੀ, ਸਿੱਖੀ ਤੇ ਗੁਰੂ ਤਰੁੱਟ ਜਾਏ, ਸਿੱਖੀ ਮਿਲਦੀ? ਸਿੱਖੀ ਕਿੱਥੇ ਮਿਲਦੀ ਹੈ ਸਿੱਖਾ? ਅੱਜ ਉਹਨੇ ਬਚਨ ਆਖੇ, ਕਹਿਣ ਲੱਗੇ ਕੱਟ ਦੇ ਮੇਰਾ ਬੰਦ ਬੰਦ। ਜਾਲਮ ਨੇ ਫਿਰ ਗੰਡਾਸਾ ਪਕੜਿਆ, ਫਿਰ ਲੱਗਿਆ ਮਾਰਨ ਗੰਡਾਸਾ ਬੰਦ ਉੱਤੇ। ਮਨੀ ਸਿੰਘ ਨੇ ਫਿਰ ਦੁਬਾਰੇ ਬਚਨ ਆਖੇ ਨੇ, ਕਹਿੰਦੇ ਸੱਜਣਾ ਮੇਰਾ ਬੰਦ ਬੰਦ ਜੁਦਾ ਜੁਦਾ ਕਰ ਦਿਓ, ਮੇਰੀ ਕੌਮ ਇਕੱਠੀ ਹੋ ਜਾਏ, ਮੇਰਾ ਬੰਦ ਬੰਦ ਜੁਦਾ ਜੁਦਾ ਕਰ ਦੇ, ਪਰ ਮੇਰੀ ਕੌਮ ਇਕੱਠੀ ਹੋ ਜਾਏ। ਆਪਣੀਆਂ ਚੌਧਰਾਂ ਦੀ ਖਾਤਰ ਅੱਜ ਜਥੇ ਬਣਾ ਕੇ ਕੌਮ ਨੂੰ ਵੇਚਣ ਵਾਲੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਅੱਜ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਉੱਤੇ ਤਰਸ ਕਰੋ। ਇਹ ਜੇ ਤੁਹਾਨੂੰ ਆਪਣੇ ਆਪ ਤੇ ਤਰਸ ਨਹੀਂ ਆਉਂਦਾ, ਭਾਈ ਮਨੀ ਸਿੰਘ ਦੇ ਕੱਟੇ ਹੋਏ ਬੰਦ ਬੰਦ ਤੇ ਤਰਸ ਕਰੋ। ਇਹ ਕੌਮ ਨੂੰ ਇਕੱਠੀ ਕਰ ਲਈਏ, ਤੁਸੀਂ ਉਜੜੇ ਜਾ ਰਹੇ ਹੋ, ਉਜੜੇ ਜਾ ਰਹੇ ਹੋ। ਉਸ ਗੁਰੂ ਕੇ ਸਿੱਖ ਨੇ ਆਖਿਰਕਾਰ ਲਾਹੌਰ ਦੀ ਧਰਤੀ ਦੇ ਉੱਤੇ ਆਪਣਾ ਬੰਦ ਬੰਦ ਕਟਵਾ ਕੇ ਆਪਣਾ ਆਪਾ ਗੁਰੂ ਦੇ ਅੱਗੇ ਵਾਰ ਦਿੱਤਾ। ਇਹ ਗੱਲਾਂ ਕਹਿਣੀਆਂ ਤਾਂ ਬੜੀਆਂ ਸੌਖੀਆਂ ਨੇ, ਮੈਂ ਕਹਿ ਵੀ ਬੜਾ ਸੌਖਾ ਦਿੰਦਾ। ਇੱਕ ਨਿੱਕਾ ਜਿਹਾ ਚੀਰ ਲੱਗ ਜਾਏ ਨਾ ਇੱਥੇ, ਫਿਰ ਦੇਖਣਾ ਕਿਵੇਂ ਜਿੰਦ ਨਿਕਲਦੀ ਹੈ। ਤੇ ਜਿਹਦਾ ਬੰਦ ਬੰਦ ਕੱਟਿਆ ਹੋਏਗਾ, ਉਹਨੇ ਇੱਕ ਬੰਦ ਕੱਟ ਕੇ ਵੱਖਰਾ ਕੀਤਾ ਹੋਵੇਗਾ, ਉਹਨੇ ਦੂਜਾ ਬੰਦ ਕੱਟ ਕੇ ਵੱਖਰਾ ਕੀਤਾ ਹੋਵੇਗਾ। ਧੰਨ ਹੈ ਗੁਰੂ ਕਾ ਸਿੱਖ ਜੀ ਦੇ ਜ਼ਬਾਨੋਂ ਇਹ ਗੱਲ ਸੁਣਨ ਲਈ ਕੰਨ ਤਰਸਦੇ ਰਹੇ, ਕਦੇ ਹਾਏ ਕਵੇਗਾ? ਉਹਨੇ ਜਦੋਂ ਵੀ ਜ਼ਬਾਨੋਂ ਕਿਹਾ ਉਹਨੇ ਵਾਹਿਗੁਰੂ ਹੀ ਕਿਹਾ, ਉਹਨੇ ਜਦੋਂ ਵੀ ਜ਼ਬਾਨੋਂ ਕਿਹਾ ਉਹਨੇ ਰੱਬੀ ਬਾਣੀ ਪੜ੍ਹੀ, ਉਹਨੇ ਜਦੋਂ ਵੀ ਕੀਤਾ ਉਹਨੇ ਜ਼ਬਾਨ ਤੋਂ ਸ਼ੁਕਰ ਹੀ ਕੀਤਾ। ਰੱਬ ਦਾ ਉਲਾਮਾ ਕੋਈ ਨਹੀਂ ਦਿੱਤਾ। ਆਓ ਪਿਆਰ ਵਾਲਿਓ, ਇਹੋ ਜਿਹੇ ਮਹਾਨ ਸਿੱਖਾਂ ਦੇ ਜੀਵਨ ਤੋਂ ਜਾਣੂ ਹੋਈਏ। ਅੱਜ ਮਾਵਾਂ ਨੂੰ ਬੇਨਤੀ ਕਰਨਾ, ਅੱਜ ਵੀਰਾਂ ਨੂੰ ਬੇਨਤੀ ਕਰਨਾ, ਸੁਣਾਓ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ ਦੀਆਂ ਗਾਥਾਵਾਂ। ਅੱਜ ਦੀਆਂ ਤੇ ਸਾਰੇ ਸੁਣਾਈ ਜਾਂਦੇ ਨੇ, ਸੁਣਾਓ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ ਦੀਆਂ ਗਾਥਾਵਾਂ, ਤਾਂ ਕਿ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਭਾਈ ਮਨੀ ਸਿੰਘ ਦੇ ਚਰਨਾਂ ਦੀ ਧੂੜੀ ਬਣ ਜਾਣ, ਤਾਂ ਵੀ ਸੋਚਾਂਗੇ ਸਿੱਖੀ ਦਾ ਬੂਟਾ ਸਦਾ ਲਹਿਰਾਏਗਾ। ਜੇ ਭਾਈ ਮਨੀ ਸਿੰਘ ਵਰਗਿਆਂ ਦੀ ਚਰਨਾਂ ਦੀ ਧੂੜ ਬਣ ਜਾਈਏ, ਤਾਂ ਫਿਰ ਕੋਈ ਦਿਨ ਉਹ ਦਿਨ ਦੂਰ ਨਹੀਂ, ਸਿੱਖੀ ਦਾ ਬੂਟਾ ਸਦਾ ਹੀ ਲਹਿਰਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਆਉਣ ਵਾਲੇ ਦਿਨਾਂ 'ਚ ਹਰ ਰੋਜ਼ ਕਿਸੇ ਨਵੇਂ ਸਿੱਖ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰਿਆ ਕਰਨਾ। ਜਿਤਨੇ ਦਿਨ ਹੈਗੇ ਨੇ ਤੁਸੀਂ ਕਿਰਪਾ ਕਰਿਓ ਜੇ ਹਰ ਰੋਜ਼ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਤਾਂ ਕਿ ਆਪਾਂ ਇਸ ਵਿਰਸੇ ਨੂੰ ਵਿਚਾਰ ਸਕੀਏ। ਭੁੱਲਾਂ ਚੁੱਕਾਂ ਦੀ ਫਿਰ ਦੁਬਾਰੇ ਖਿਮਾ ਮੰਗਦੇ ਦਾਸ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।